ਤੁਸੀਂ ਸਬਸਕ੍ਰਾਈਬ ਕਰੋ ਇਸ MHONE ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਚਾਹੁਣ ਵਾਲੇ ਮੈਨੂੰ ਏਦਾਂ ਹੀ ਹਮੇਸ਼ਾ ਕਰਦੇ ਰਹਿਣ ਪਿਆਰ, ਤੇ ਕੰਟੀਨੀ ਮੰਡੀਰ ਤੁਹਾਡੇ ਸਾਰਿਆਂ ਦੇ ਘਰ ਦਾ ਬਣਿਆ ਰਵੇ ਸ਼ਿੰਗਾਰ। ਸਤਿ ਸ਼੍ਰੀ ਅਕਾਲ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ, ਜਿੰਨੇ ਵੀ ਟੀਵੀ ਸੈੱਟ ਮੂਹਰੇ ਬੈਠੇ ਨੇ ਸਾਰਿਆਂ ਦਾ ਬਹੁਤ ਸਾਰਾ ਸਵਾਗਤ ਹੈ ਜੀ ਤੁਹਾਡਾ ਵੀ ਤੁਹਾਡੇ ਆਪਣੇ ਫੇਵਰੇਟ ਸ਼ੋਅ ਦੇ ਵਿੱਚ। ਸ਼ੋਅ ਦਾ ਨਾਮ ਹੈ ਜੀ ਕੰਟੀਨੀ। ਠੀਕ ਠਾਕ ਹੋ ਸਾਰੇ? ਸੋ ਕਰਦੇ ਜੀ ਸ਼ੁਰੂਆਤ। ਅੱਜ ਟੀਚਰਸ ਡੇ ਵੀ ਹੈ ਜੀ। ਹੈਪੀ ਟੀਚਰਸ ਡੇ। ਥੈਂਕ ਯੂ। ਸੇਮ ਟੂ ਯੂ ਵੀ ਕਹਿ ਰਹੀ ਤੁਹਾਨੂੰ। ਸੇਮ ਟੂ ਯੂ। ਤੋਂ ਬੜੇ ਹੋ ਕੇ ਆਪ ਲੈਕਚਰਰ ਬਣੇਗੇ ਜੀ। ਟੀਚਰ ਹਮੇਸ਼ਾ ਬੱਚਿਆਂ ਦਾ ਰੋਲ ਮਾਡਲ ਹੁੰਦਾ ਜੀ, ਹਨਾ? ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਜੀ? ਸਪੋਜ਼ ਕਰੋ ਤੁਸੀਂ ਟੀਚਰ ਬਣ ਗਏ ਜੀ, ਕੀ ਮੈਸੇਜ ਦਿਓਗੇ ਜੀ ਸਾਡੇ ਯੂਥ ਨੂੰ, ਕਿਉਂਕਿ ਯੂਥ ਵੀ ਜੁੜਿਆ ਹੋਇਆ, ਵੱਡੇ ਵੀ ਜੁੜੇ ਹੋਏ ਨੇ ਇਸ ਸ਼ੋਅ ਕੇ ਜ਼ਰੀਏ, ਆਪ ਕਿਆ ਮੈਸੇਜ ਦੇਣਾ ਚਾਹੋਗੇ ਸਟੂਡੈਂਟਸ ਕੋ? ਕਿਆ ਮੈਸੇਜ ਦੂੰਗੀ? ਸਭੀ ਕੋ ਜੋ ਟੀਵੀ ਪਰ ਬੈਠੇ ਹੋਏ ਹੈਗੇ। ਯਹੀ ਮੈਸੇਜ ਹੋਗਾ ਕਿ ਬਸ ਆਪਣੇ ਟੀਚਰਸ ਕੋ ਜੋ ਵੋ ਕਰਾ ਰਹੇ ਹੈ, ਆਪਕੋ ਪੜ੍ਹਾ ਰਹੇ ਹੈ, ਉਸਕੋ ਕਰੋ, ਉਨਕੋ ਫੋਲੋ ਕਰੋ, ਤਭੀ ਕੁਛ ਅਚੀਵ ਕਰ ਪਾਓਗੇ, ਵਰਨਾ ਨਹੀਂ। ਬਿਲਕੁਲ ਜੀ, ਟੀਚਰ ਇਹ ਵੀ ਹੈਗਾ। ਸੋ ਬਹੁਤ ਵਧੀਆ ਮੈਸੇਜ ਦਿੱਤਾ ਸਾਕਸ਼ੀ ਜੀ ਨੇ ਕਿ ਜੋ ਵੀ ਟੀਚਰ ਤੁਹਾਨੂੰ ਕਹਿੰਦੇ ਨੇ ਇਹ ਅਸਾਈਨਮੈਂਟਾਂ ਵਧੀਆ ਕਰੋ ਤਾਂ ਹੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਕੀ ਨਾਮ ਜੀ? ਨੇਹਾ। ਨੇਹਾ ਜੀ, ਹਾਂਜੀ। ਤੇ ਕਿਹੜਾ ਈਅਰ ਹੈ ਤੁਹਾਡਾ ਇੱਥੇ? MBA। ਈਅਰ ਪੁੱਛਿਆ ਜੀ? ਫਸਟ। ਅੱਛਾ, ਫਸਟ ਈਅਰ ਹੈ ਜੀ। ਗ੍ਰੈਜੂਏਸ਼ਨ ਕੰਪਲੀਟ ਹੋ ਗਈ? ਹਾਂਜੀ। ਗ੍ਰੈਜੂਏਸ਼ਨ ਕਿੱਥੋਂ ਕੀਤੀ ਜੀ? ਗੌਰਮੈਂਟ ਕਾਲਜ ਨੂਰਪੁਰ। ਨੂਰਪੁਰ, ਹਿਮਾਚਲ ਪ੍ਰਦੇਸ਼। ਓਕੇ ਜੀ, ਓਕੇ ਜੀ। ਬਿਲੋਂਗ ਕਿੱਥੋਂ ਕਰਦੇ ਹੋ ਜੀ? ਜਵਾਲੀ, ਹਿਮਾਚਲ ਪ੍ਰਦੇਸ਼, ਕਾਂਗੜਾ। ਕਾਂਗੜਾ, ਜਵਾਲੀ। ਇੱਥੋਂ ਕਿੰਨੀ ਦੂਰ ਹੈ ਜੀ ਜਵਾਲੀ? ਮਿਨੀਮਮ 60 ਕਿਲੋਮੀਟਰ। ਓਕੇ, ਮੈਕਸਿਮਮ? ਅੱਛਾ, 60 ਕਿਲੋਮੀਟਰ ਹੋ ਗਿਆ ਜੀ। ਹਾਂਜੀ। ਤੁਹਾਡੀ ਕੀ ਹੋਬੀਜ਼ ਹੈ ਜੀ? ਹੋਬੀਜ਼ ਆ ਸਿੰਗਿੰਗ, ਆ ਫੁੱਟਬਾਲ ਐਂਡ ਕ੍ਰਿਕਟ। ਅੱਛਾ ਜੀ, ਫੁੱਟਬਾਲ ਬਾਰੇ? ਜਿਵੇਂ ਮੈਨੂੰ ਕ੍ਰਿਕਟ ਬਾਰੇ ਤਾਂ ਮੈਨੂੰ ਥੋੜ੍ਹੀ ਬਹੁਤੀ ਜਾਣਕਾਰੀ ਹੈਗੀ ਹੈ ਜੀ, ਫੁੱਟਬਾਲ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ, ਥੋੜ੍ਹੀ ਮੈਨੂੰ ਨੌਲੇਜ ਦੱਸੋ, ਕਿੰਨੇ ਪਲੇਅਰ ਹੁੰਦੇ ਨੇ ਫੁੱਟਬਾਲ 'ਚ ਇੱਕ ਟੀਮ 'ਚ? ਆਪਾਂ ਤਾਂ 7 ਹੀ ਖੇਡੇ ਸੀ, ਹੁਣੇ ਹੋਇਆ ਮੈਚ। ਨਹੀਂ ਆਪਾਂ ਨਹੀਂ ਨਾ ਜੀ, ਵੈਸੇ ਫੁੱਟਬਾਲ ਦੀ ਜਿਹੜੀ ਇੰਟਰਨੈਸ਼ਨਲ ਟੀਮ ਹੁੰਦੀ ਹੈ ਉਹ 'ਚ ਖਿਡਾਰੀ ਕਿੰਨੇ ਹੁੰਦੇ ਨੇ? 9। ਉਹ 'ਚ 9 ਖਿਡਾਰੀ ਹੁੰਦੇ ਨੇ ਜੀ? ਹਾਂਜੀ। 9 ਹੁੰਦੇ ਨੇ ਜੀ? ਸਾਡੀ ਵਾਰੀ 9 ਹੀ ਸੀਗੇ ਸਕੂਲ ਟਾਈਮ। ਸਾਡੀ ਵਾਰੀ 9 ਹੀ ਕਹਿੰਦੀ, ਜਿੰਨੀਆਂ ਕੁੜੀਆਂ ਖੇਡਦੀਆਂ ਉਨੇ ਹੋਣੇ ਆ। ਅੱਛਾ, ਉਨੇ 9 ਹੈ ਜੀ। ਓਕੇ, ਤੁਸੀਂ ਤੁਸੀਂ ਕੀ ਸੀ, ਗੋਲਕੀਪਰ ਸੀਗੇ ਕਿ ਹਿੱਟ ਕਰਦੇ ਸੀ? ਇੱਕ ਵਾਰ ਗੋਲਕੀਪਰ ਵੀ ਸੀਗੀ ਇਸੇ ਕਾਲਜ। ਅੱਛਾ ਜੀ, ਕਿੰਨੇ ਗੋਲ ਰੋਕੇ ਜੀ ਤੁਸੀਂ? ਇੱਕ ਰੋਕਿਆ ਸੀ, ਦੋ ਦੋ ਪੁਆਇੰਟ ਬਣੇ ਸੀਗੇ ਸਾਡੇ ਸਾਡੀ ਟੀਮ ਦੇ। ਮੈਂ ਸੋਚਿਆ ਚੁਟਕਲਾ ਸੁਣਨ ਲੱਗਿਆ ਤੁਸੀਂ। ਨਹੀਂ ਨਹੀਂ। ਅੱਛਾ, ਦੋ ਤੁਸੀਂ ਗੋਲ ਰੋਕੇ ਜੀ? ਇੱਕ ਰੋਕਿਆ ਸੀ, ਦੋ ਹੀ ਬਣੇ ਸੀ ਪੁਆਇੰਟ। ਤੁਸੀਂ ਦੋ ਗੋਲ ਕੀਤੇ? ਹਾਂਜੀ। ਉਹਨਾਂ ਨੇ ਇੱਕ ਗੋਲ ਕੀਤਾ? ਹਾਂਜੀ, ਫਿਰ ਸਾਡੀ ਟੀਮ ਜਿੱਤ ਗਈ। ਅੱਛਾ ਅੱਛਾ, ਫਿਰ ਮੁਬਾਰਕਾਂ। ਪਾਰਟੀ ਕਿੱਥੇ? ਪਾਰਟੀ ਇੱਥੇ ਹੀ ਆ, ਪਹਿਲਾਂ ਪਤਾ ਹੁੰਦਾ ਲੈ ਕੇ ਆਉਂਦੇ ਪਾਰਟੀ ਨਾਲ। ਓਕੇ ਜੀ, ਓਕੇ, ਤੁਸੀਂ ਹੁਣ ਕਰ ਲਓ ਜੀ ਸਮੋਸਿਆਂ ਦਾ ਪ੍ਰਬੰਧ ਸਾਰਿਆਂ ਲਈ, ਅਸੀਂ ਵੇਟ ਕਰਦੇ ਹਾਂ। ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਬਹੁਤ ਸੋਹਣੀ ਆਵਾਜ਼ ਤੁਹਾਨੂੰ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ਣ। ਥੈਂਕ ਯੂ ਜੀ, ਖੜੋ ਜੀ ਉੱਥੇ ਜਾ ਕੇ, ਮਾਈਕ ਦੇ ਦਿਓ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣੀ ਦਸਤਾਰ। ਥੈਂਕ ਯੂ ਭਾਜੀ, ਬਹੁਤ ਸੋਹਣਾ ਰੰਗ ਦਸਤਾਰ ਦਾ। ਥੈਂਕ ਯੂ ਭਾਜੀ। ਬਾਬਾ ਜੀ ਇੱਥੇ ਚੜ੍ਹਦੀ ਕਲਾ 'ਚ ਰੱਖਣ ਤੁਹਾਨੂੰ। ਥੈਂਕ ਯੂ। ਕੀ ਨਾਂ ਹੈ ਤੁਹਾਡਾ? ਸਰ ਯੋਗੇਸ਼ ਸਿੰਘ। ਯੋਗੇਸ਼ ਸਿੰਘ, ਹਾਂਜੀ ਸਰ। ਕੀ ਸ਼ੌਂਕ ਨੇ ਤੁਹਾਡੇ? ਸਰ ਸਿੰਗਿੰਗ, ਡਾਂਸਿੰਗ। ਸੁਣਾਓ ਜੀ ਗਾਣਾ। ਹੋ ਬਣ ਠਣ ਖੜੀਆਂ ਸੀ ਅੱਡੇ ਵਿੱਚ ਨਾਰਾ ਨਾਲੇ, ਪੇਪਰਾਂ ਦਾ ਜੱਬ ਵੀ ਮੁਕਾ ਲਿਆ ਸੀ ਯਾਰਾਂ। ਹੋ ਬਣ ਠਣ ਖੜੀਆਂ ਸੀ ਅੱਡੇ ਵਿੱਚ ਨਾਰਾ ਨਾਲੇ, ਪੇਪਰਾਂ ਦਾ ਜੱਬ ਵੀ ਮੁਕਾ ਲਿਆ ਸੀ ਯਾਰਾਂ। ਉਹ ਤੀਜੇ ਫੇਰੇ ਟੱਕਰੇ ਆ ਵੱਡਾ ਥਾਣੇਦਾਰ, ਤੀਜੇ ਫੇਰੇ ਟੱਕਰੇ ਆ ਵੱਡਾ ਥਾਣੇਦਾਰ, ਕਹਿੰਦਾ ਕਰ ਦੂੰ ਅੰਦਰ ਜੇ ਤੂੰ ਹੁਣ ਛੇੜੀਆਂ।
ਉਹ ਕਹਿੰਦੀ ਮੈਨੂੰ ਮੇਰੀ ਜਾਨ ਨਾਲ ਹੋਰ ਕੋਈ ਪਿਆਰਾ ਐਵੇਂ ਨਾ ਤੂੰ ਚੱਲ ਮੇਰੇ ਪਿੱਛੇ ਗੇੜੀਆਂ ਉਹ ਕਹਿੰਦੀ ਮੈਨੂੰ ਮੇਰੀ ਜਾਨ ਨਾਲ ਹੋਰ ਕੋਈ ਪਿਆਰਾ ਐਵੇਂ ਲਾਈ ਨਾ ਤੂੰ ਚੱਲ ਮੇਰੇ ਪਿੱਛੇ ਗੇੜੀਆਂ ਥੈਂਕ ਯੂ ਸੋ ਮਚ ਬਹੁਤ ਸੋਹਣੀ ਆਵਾਜ਼ ਬਾਈ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਂ ਤੁਹਾਡਾ ਸਰ ਮੇਰਾ ਨਾਮ ਹੈ ਰੋਹਿਤ ਕੁਮਾਰ ਰੋਹਿਤ ਕੁਮਾਰ ਹਾਂਜੀ ਸਰ ਵੱਡੇ ਹੋ ਕੇ ਕੀ ਬਣੋਗੇ ਵੱਡੇ ਹੋ ਕੇ ਵੈਸੇ ਤਾਂ ਵੱਡੇ ਹੋ ਗਏ ਪਰ ਫਿਰ ਵੀ ਕੀ ਬਣਨਾ ਚਾਹੁੰਦੇ ਹੋ ਪਹਿਲਾਂ ਜੀ ਡੈਡੀ ਬਣਨਾ ਜੀ ਛੇੜਖਾਨੀਆਂ ਕਰਦੇ ਹੈ ਇਹਨਾਂ ਨੂੰ ਕਿੱਦਾਂ ਪਤਾ ਤੁਸੀਂ ਡੈਡੀ ਬਣੋਗੇ ਮੰਮੀ ਵੀ ਬਣ ਸਕਦੇ ਹੋ ਨਹੀਂ ਭਾਜੀ ਮੰਮੀ ਡੈਡੀ ਬਣ ਮੰਮੀ ਲੈ ਕੇ ਆਵਾਂਗੇ ਮੰਮੀ ਲੈ ਕੇ ਆਵਾਂ ਬੱਚੇ ਵੀ ਆ ਜਾਣਗੇ ਮੰਮੀ ਕਿਹਦੀ ਲੈ ਕੇ ਆਏਗਾ ਯਾਰ ਮੰਮੀ ਕਹਿ ਇਹਨਾਂ ਦੀ ਭਰਜਾਈ ਲੈ ਕੇ ਆਉਂਗਾ ਮੈਂ ਕਹਿ ਭਰਜਾਈ ਉਹ ਤੇਰੀ ਘਰ ਵਾਲੀ ਹੋਊਗੀ ਹਾਂ ਮੇਰੀ ਦੇ ਘਰ ਵਾਲੀ ਕਹਿ ਮੈਂ ਥੋਡੀ ਭਰਜਾਈ ਲੈ ਕੇ ਆਉਂ ਨਹੀਂ ਨਹੀਂ ਕਿਉਂ ਯਾਰ ਤੇਰੀ ਘਰ ਵਾਲੀ ਇਹਨਾਂ ਦੀ ਭਰਜਾਈ ਨਹੀਂ ਹੋਈ ਸਰ ਤੁਸੀਂ ਮੈਨੂੰ ਕਨਫਿਊਜ਼ ਕਰ ਰਹੇ ਹੋ ਚੱਲ ਜੋ ਮਤਲਬ ਕਿ ਵਿਆਹ ਕੇ ਸ਼ਾਦੀ ਕਰਕੇ ਸੁੰਦਰ ਸੀ ਲੜਕੀ ਲੈ ਕੇ ਆਓਗੇ ਇਹੀ ਹੈ ਨਾ ਬਹੁਤ ਵਧੀਆ ਬਹੁਤ ਵਧੀਆ ਅੱਛਾ ਜਬ ਜਬ ਬੇਟਾ ਹੋ ਗਿਆ ਕਿਆ ਨਾਮ ਰੱਖੋਗੇ ਉਸਕਾ ਬੇਟੇ ਕਾ ਹਾਂ ਉਹ ਐ ਨਹੀਂ ਯਾਰ ਸੁਣਨ ਦੋ ਤੰਗ ਕਰ ਰਹੇ ਹਾਂ ਜੈਲਸੀ ਕਰਤੇ ਹੈ ਕਿ ਇਸਕਾ ਲੜਕਾ ਹੋ ਜਾਏਗਾ ਨਹੀਂ ਜੈਲਸੀ ਨਹੀਂ ਅਗਰ ਸਰ ਲੜਕਾ ਹੁਆ ਅਗਰ ਲੜਕਾ ਹੁਆ ਜੀ ਆਪਕੇ ਜੈਸਾ ਖੂਬਸੂਰਤ ਹੁਆ ਤਾਂ ਆਪਕਾ ਨਾਮ ਹੀ ਰੱਖ ਦੂੰਗਾ ਮੈਂ ਕਹਿੰਦਾ ਫਰਕ ਕੋਈ ਨਹੀਂ ਨਾ ਮੁੰਡੇ 'ਚ ਨਾ ਕੁੜੀ 'ਚ ਜੇ ਮੁੰਡਾ ਹੁੰਦਾ ਤਾਂ ਵੀ ਰਵਨੀਤ ਸਿੰਘ ਜੇ ਕੁੜੀ ਹੋਈ ਤਾਂ ਰਵਨੀਤ ਕੌਰ ਸੋ ਹੁਣ 2017 ਨਾ ਮੁੰਡੇ 'ਚ ਫਰਕ ਨਾ ਕੁੜੀਆਂ 'ਚ ਬਰਾਬਰ ਹੈ ਨਾ ਜੀ ਮੁੰਡਿਆਂ ਨੂੰ ਵੀ ਅਧਿਕਾਰ ਬਰਾਬਰ ਕੁੜੀਆਂ ਨੂੰ ਵੀ ਅਧਿਕਾਰ ਬਰਾਬਰ ਅਤੇ ਜੇ ਕੁੜੀ ਹੋਈ ਤਾਂ ਰਵਨੀਤ ਕੌਰ ਮੇਰੀ ਭੈਣ ਹੋਊਗੀ ਮੈਂ ਆਊਂਗਾ ਸਪੈਸ਼ਲ ਠੀਕ ਹੈ ਖੁਸ਼ ਕਹਿੰਦਾ ਹੋਇਆ ਠੀਕ ਹੈ ਮਾੜਾ ਜਿਹਾ ਸ਼ੌਂਕ ਹੈ ਸਰ ਮਿਮਿਕਰੀ ਕਰਨ ਦਾ ਮੈਨੂੰ ਮਿਮਿਕਰੀ ਹਾਂ ਹਾਂ ਕਰੋ ਕਰੋ ਕਿਹਦੀ ਕਰਨ ਲੱਗੇ ਹੋ ਸਰ ਅਜੇ ਦੇਵਗਨ ਦੀ ਕਰੋ 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 ਰਵਨੀਤ ਭਾਜੀ ਹਵੇ ਤੋਂ ਆਪਣਾ ਡੇ ਲੁਟਾ ਖੈਰੋ ਬੇਗਾ ਦਮ ਥਾ ਮੇਰੀ ਕਸ਼ਤੀ ਦੀ ਡੂਬੀ ਵਾ ਛਾ ਪਾਜੀ ਕਮ ਥਾ ਔਰ ਜੋ ਲੋਕ 2000 ਕੀ ਰੇ ਪੱਤੀ ਲੈ ਕੇ ਘੂਪ ਰਹੇ ਹੋ ਮੇਰੀ ਇੱਕ ਵਾਰ ਦਾ ਸੁਣ ਲਓ ਨਹੀਂ ਡੋ ਡੋ ਪੇ ਫੂਕ ਮਤ ਲਗਾ ਡਾ ਕੱਲ ਮੈਨੇ ਥੂਕ ਲਗਾਇਆ ਮੇਰੀ ਬੀਵੀ ਨੇ ਮੁਝੇ ਬੇਲਨ ਛੇ ਮਾਰਾ ਆਪ ਪੁੱਛੋਗੇ ਕੈਸੇ ਮੈਨੇ ਨੋਟੋ ਪੇ ਥੂਕ ਲਗਾਇਆ ਮੇਰੇ ਹੋਠੋ ਪੇ ਪਿੰਕ ਰੰਗ ਲੱਗ ਗਿਆ ਔਰ ਆਪ ਤੋ ਜਾਣਤੇ ਰਵਨੀਤ ਭਾਜੀ ਔਰਤ ਕੇ ਸ਼ੱਕ ਕਾ ਇਲਾਜ ਦੁਨੀਆ ਮੇ ਕਹੀਂ ਨਹੀਂ ਇਹ ਜਦੋਂ ਸਾਲੀਆਂ ਨੇ ਨਾਕਾ ਲਾਇਆ ਹੋਇਆ ਉਦੋਂ ਨਾ ਬੋਲਦੀ ਹੈ ਕਿ ਹਮ ਤੋ ਲੈ ਕੇ ਜਾਏਂਗੇ ਬਾਜੇ ਰੁਪਈਆ ਦੇਣਾ 5100 ਨਹੀਂ ਤਾਂ ਹਮ ਬਹੁਤ ਵਧੀਆ ਹੋਰ ਮਮਿਕਰੀ ਸਰ ਅਮਰੀਸ਼ਪੁਰੀ ਵੀ ਕਰਦਾ ਬਹੁਤ ਵਧੀਆ ਟੈਲੈਂਟ ਹੈ ਤੁਹਾਡੇ ਕਾਲਜ ਦੇ ਵਿੱਚ ਬਹੁਤ ਵਧੀਆ ਅਮਰੀਸ਼ਪੁਰੀ ਕਰਦਾ ਹਾਂਜੀ ਅਮਰੀਸ਼ਪੁਰੀ ਜੀ ਅਰੇ ਜੀਜਾ ਜੀ ਆਈ ਲਵ ਯੂ ਰਵਨੀਤ ਭਾਜੀ ਇਸ ਤੋਂ ਬਾਅਦ ਸਰ ਇਸ ਕਾਲਜ ਜਿਸ ਕਰਕੇ ਮੈਂ ਮਸ਼ਹੂਰ ਹਾਂ ਉਹ ਡਾਕਟਰ ਮਸ਼ਹੂਰ ਗਲਾਟੀ ਸਾਰਿਆਂ ਨੂੰ ਪਤਾ ਮੈਂ ਉਸਦੀ ਬਿਗ ਸ਼ਿਕ ਲਾ ਕੇ ਉਸ ਟਾਈਪ ਦਾ ਹੀ ਕਰਨਾ ਸੋ ਮੈਂ ਤੁਹਾਨੂੂੰ ਉਸਦਾ ਵੀ ਇੱਕ ਡਾਇਲੋਗ ਸੁਣਾਉਣਾ ਚਾਹੁੰਦਾ ਆਹੋ ਆਹੋ ਉਹ ਤੁਹਾਡਾ ਸ਼ੋਅ ਹੈ ਇਸ ਸ਼ੋਅ ਦੇ ਜ਼ਰੀਏ ਦੇਖੋ ਬੱਚੇ ਦੇ ਅੰਦਰ ਕੌਨਫੀਡੈਂਸ ਲੈਵਲ ਵੀ ਗਰੋ ਅਪ ਹੁੰਦਾ ਵੀਰੇ ਨੇ ਅੱਗੇ ਜਾ ਕੇ ਹੈ ਨਾ ਤੁਸੀਂ ਥੀਏਟਰ ਵੀ ਜ਼ਰੂਰ ਕਰਿਓ ਅੱਗੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿੱਦਾਂ ਨਿਕਲਣਾ ਹੈ ਨਾ ਤੁਸੀਂ ਸਾਰੇ ਜਿਹੜਾ ਵੀਰਾ ਗਾਉਂਦਾ ਸੀਗਾ ਸਰਦਾਰ ਵੀਰਾ ਤੁਸੀਂ ਰਿਆਜ਼ ਕਰਕੇ ਅੱਗੇ ਜਿਵੇਂ ਸਾਡਾ ਆਵਾਜ਼ ਪੰਜਾਬੀ ਦਾ ਪਲੇਟਫਾਰਮ ਹੁੰਦਾ ਤੁਸੀਂ ਉੱਥੇ ਜ਼ਰੂਰ ਜਾਇਓ ਕਿਉਂਕਿ ਇਸ ਸ਼ੋਅ ਦੇ ਜ਼ਰੀਏ ਮੈਨੂੰ ਇਹ ਹੁੰਦਾ ਕਿ ਤੁਹਾਡੇ ਸਾਰੇ ਅੰਦਰ ਕੌਨਫੀਡੈਂਸ ਲੈਵਲ ਬਿਲਡਅਪ ਹੋਵੇ ਤੁਹਾਡਾ ਹੌਸਲਾ ਵਧੇ ਇੰਨੇ ਜਣਿਆਂ 'ਚ ਹੈ ਨਾ ਜੀ ਹੌਸਲਾ ਬੜਾ ਸਰ ਇਸ ਵਾਸਤੇ ਤੁਹਾਡੇ ਸਾਹਮਣੇ ਖੜਿਆ ਹੌਸਲੇ ਬਰਕਰਾਰ ਰੱਖਣ ਆਓ ਜੀ ਸਰ ਮਸ਼ਹੂਰ ਗਲਾਟੀ ਹਾਂਜੀ ਸੁਣਿਆ ਹੋਣਾ ਤੁਹਾਨੂੰ ਤੁਸੀਂ ਸੁਣਿਆ ਹੋਣਾ ਉਹਨੂੰ ਸੁਣਿਆ ਹੋਣਾ ਤੁਹਾਨੂੰ ਹਾਂਜੀ 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 ਅੱਛਾ ਠੀਕ ਹੈ ਠੀਕ ਹੈ ਰਵਨੀਤ ਭਾਜੀ ਮੇਰੇ ਨਾਲ ਇੱਕ ਵਾਰ ਖੁਜਲੀ ਹੋ ਰਿੱਤੇ ਯੂ ਨੋ ਹੋਤੀ ਹੈ ਯੂ ਨੋ ਨਹੀਂ ਨਹਾਓ ਆਪਕੇ ਵੀ ਹੋਤੀ ਹੋਗੀ ਤਾਂ ਮੈਂ ਖੁਜਾਇਆ ਮੇਰੇ ਬੜਾ ਮਜ਼ਾ ਆਇਆ ਮੈਂ ਥੋੜ੍ਹਾ ਸਾ ਹੋਰ ਖੁਜਾਇਆ ਮੇਰੇ ਹੋਰ ਮਜ਼ਾ ਆਇਆ ਤਾਂ ਖੁਜਾਤੇ ਖੁਜਾਤੇ ਨਾ ਮੇਰਾ ਰਾਜਮਾ ਬਾਹਰ ਆ ਗਿਆ ਯੂ ਨੋ ਰਾਜਮਾ ਐਕਚੁਲੀ ਉਹ ਰਾਜਮਾ ਨਹੀਂ ਇਟ ਇਜ਼ ਅ ਟਾਈਪ ਆਫ ਕਿਡਨੀ ਤਾਂ ਮੇਰੀ ਹੋ ਗਈ ਕਿਡਨੀ ਫੇਲ ਮੈਂ ਸੋਚਿਆ ਬਾਈ ਇਹ ਮੁਝੇ ਕਿਡਨੀ ਕੌਣ ਦੇਗਾ ਪਾਸ ਮੈਂ ਖੜੀ ਸੀ ਬੱਕਰੀ ਬੱਕਰੀ ਬੋਲੀ ਮੈਂ ਬੱਕਰੀ ਕੀ ਕਿਡਨੀ ਨਿਕਾਲੀ ਔਰ ਡਾਲ ਦੀ ਮਾਨਾ ਮੈਂ ਬੱਕਰੀ ਕੀ ਕਿਡਨੀ ਡਾਲੀ ਇਸਕਾ ਮਤਲਬ ਇਹ ਨਹੀਂ ਮੈਂ ਬੱਕਰਾ ਹੂੰ ਅੱਛਾ ਭਾਜੀ ਥੈਂਕ ਯੂ ਬਹੁਤ ਵਧੀਆ ਬਾਈ ਬਹੁਤ ਵਧੀਆ ਬਹੁਤ ਵਧੀਆ ਟੈਲੈਂਟ ਬਹੁਤ ਵਧੀਆ ਟੈਲੈਂਟ ਬਹੁਤ ਵਧੀਆ ਟੈਲੈਂਟ ਥੈਂਕ ਯੂ ਭਾਜੀ ਥੈਂਕ ਯੂ
ਹੁਣ ਅਸੀਂ ਅੱਜ ਆਏ ਹੋਏ ਹਾਂ ਜੀ ਸ੍ਰੀ ਸਾਈਂ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਜਿਹੜਾ ਕਿ ਪਠਾਨਕੋਟ ਤੋਂ 10-15 ਕਿਲੋਮੀਟਰ ਅੱਗੇ ਪੈਂਦਾ ਜੀ ਬਦਾਣੀ ਦੇ ਵਿੱਚ ਅਤੇ ਇਹ ਡਲਹੌਜ਼ੀ ਰੋਡ ਦੇ ਉੱਤੇ ਪੈਂਦਾ ਜਿਵੇਂ ਰੋਡ ਬਹੁਤ ਸੋਹਣਾ ਉਵੇਂ ਬੱਚੇ ਬਹੁਤ ਸੋਹਣੇ ਅਤੇ ਤੁਹਾਡਾ ਟੈਲੈਂਟ ਬਹੁਤ ਸੋਹਣਾ ਇੱਕ ਵਾਰ ਆਪਣੇ ਲਈ ਤਾੜੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸ਼ਿਵਾਨੀ ਮਨਹਾਸ ਸ਼ਿਵਾਨੀ ਮਨਹਾਸ ਹਾਂਜੀ ਸਰ ਕਿੱਥੇ ਰਹਿੰਦੇ ਹੋ ਜੀ ਮੀਰਥਲ ਮੂਰਥਲ ਮੀਰਥਲ ਇਹ ਕਿੱਥੇ ਪੈਂਦਾ ਜੀ ਇਹ ਮੁਕੇਰੀਆਂ ਦੇ ਲਾਗੇ ਤੇ ਦਸੂਏ ਲਾਗੇ ਪੈਂਦਾ ਜਾ ਓਏ ਓਕੇ ਸਰ ਪਤਾ ਹੀ ਨਹੀਂ ਮੈਨੂੰ ਨਹੀਂ ਸਰ ਮੈਂ ਆਪਕੋ ਬਤਾ ਦਿਆ ਨਾ ਅੱਛਾ ਅੱਛਾ ਪਰਿਵਾਰ ਚ ਕੌਣ ਕੌਣ ਤੁਹਾਡੇ ਮੰਮੀ ਪਾਪਾ ਦਾਦੀ ਔਰ ਲਿਟਲ ਬ੍ਰੋ ਲਿਟਲ ਬ੍ਰੋ ਓਕੇ ਓਕੇ ਦਾਦੀ ਦਾ ਕੀ ਨਾਮ ਹੈ ਸੁਮਿਤਰੋ ਦੇਵੀ ਮਸਤੀ ਕਰਤੇ ਹੋ ਦਾਦੀ ਜੀ ਕੇ ਨਾਮ ਸੇ ਬਿਲਕੁਲ ਸਰ ਬਿਲਕੁਲ ਚਲੋ ਬਹੁਤ ਵਧੀਆ ਹੋਰ ਡੈਡ ਕਿੱਥੇ ਹੁੰਦੇ ਨੇ ਫੋਰਨ ਡੈਡ ਬਾਹਰ ਨੇ ਕਿਹੜੀ ਜਗ੍ਹਾ ਇੰਗਲੈਂਡ ਯੂਕੇ ਯੈਸ ਕਿੰਨਾ ਚਿਰ ਹੋ ਗਿਆ ਗਏ ਨੂੰ 20 ਸਾਲ 20 ਸਾਲ ਹੋ ਗਏ ਗਏ ਨੂੰ ਫੋਨ ਤੇ ਗੱਲਬਾਤ ਹੁੰਦੀ ਹੁੰਦੀ ਬਿਲਕੁਲ ਬਿਲਕੁਲ ਰੋਜ਼ ਤੁਸੀਂ ਕਦੋਂ ਜਾਣਾ ਬਸ ਚਲੇ ਜਾਣਾ ਇੱਕ ਮਹੀਨੇ ਤੱਕ ਬਸ ਠੀਕ ਹੈ ਉਹ ਲਾਈ ਹੋਣਾ ਤੁਸੀਂ ਪੀਆਰ ਸਿਸਟਮ ਲਾਇਆ ਹੋਊਗਾ ਚਲੋ ਬਹੁਤ ਵਧੀਆ ਛੇਤੀ ਛੇਤੀ ਜਾਓ ਜੀ ਕੀ ਸ਼ੌਂਕ ਨੇ ਤੁਹਾਡੇ ਸਰ ਮੈਂ ਮਮਿਕਰੀ ਕਰਾਂਗੀ ਆਪਣੇ ਟੀਚਰ ਦੇ ਕਿ ਸਾਨੂੰ ਕਲਾਸ ਵਿੱਚ ਉਹ ਕਿੱਦਾਂ ਪ੍ਰਟੈਂਡ ਕਰਦੇ ਆ ਠੀਕ ਹੈ ਜੀ ਕਿਹੜੇ ਕਿਹੜੇ ਮੈਡਮ ਦੀਪਕ ਸਰ ਕਿਹੜਾ ਸਬਜੈਕਟ ਹੈ ਉਹਨਾਂ ਦਾ ਡਾਟਾ ਸਟਰਕਚਰ ਡਾਟਾ ਸਟਰਕਚਰ ਦੇ ਦੀਪਕ ਸਰ ਚਲੋ ਜੀ ਹਾਂ ਸਾਕਸ਼ੀ ਕੀ ਕਰ ਰਹੀ ਹੋ ਸਰ ਫੋਨ ਕੀ ਫੋਨ ਸਰ 2 ਮਿੰਟ ਕਾਲ ਆ ਤੁਹਾਨੂੰ ਮਮਾ ਜੇ ਦੇਖੋ ਫੋਨ ਕੇ ਸਾਥ ਲਗੇ ਰਹਤੇ ਹੋ ਮੈਂ ਕਲਾਸ ਮੇ ਪੜਾ ਰਹਾ ਹੂੰ ਮੈਂ ਤੁਮੇ ਸਮਝ ਨਹੀਂ ਆਤਾ ਫੋਨ ਕੇ ਯੂਜ਼ ਕਰਨਾ ਸਰ ਸੌਰੀ ਮੈਂ ਫਿਰ ਸੇ ਨਹੀਂ ਕਰੂੰਗੀ ਕਿਉਂ ਫਿਰ ਸੇ ਨਹੀਂ ਕਰੋਗੀ ਤੁਮ ਡੇਲੀ ਕਰਦੇ ਹੋ ਘੁੰਮਦੀ ਰਹਤੇ ਹੋ ਸਾਰਾ ਦਿਨ ਇਧਰ ਉਧਰ ਆਮ ਸੌਰੀ ਸਰ ਫਿਰ ਸੇ ਨਹੀਂ ਕਰੂੰਗੀ ਬੋਲਾ ਨਹੀਂ ਓਕੇ ਓਕੇ ਮੈਂ ਕੀ ਕਰਵਾ ਰਹਾ ਹੂੰ ਸਰ ਬਬਲ ਸੌਰਟਿੰਗ ਕੀ ਹੁੰਦਾ ਬਬਲ ਸੌਰਟਿੰਗ ਸਰ ਜਿਸ ਮੈਂ ਸੀਰੀਜ਼ ਸੁਣਾ ਹੋ ਤੋ ਪਤਾ ਹੋ ਕੀ ਸੀਰੀਜ਼ ਸਰ ਸੀਰੀਜ਼ ਮੈਂ ਲਗਾਤੇ ਹਨ ਕੀ ਸੀਰੀਜ਼ ਮੈਂ ਲਗਾਤੇ ਹਨ ਕੀ ਕਰਵਾ ਮੈਂ ਕਹਾਂ ਸੇ ਕਰਵਾ ਰਹਾ ਹੂੰ ਤੂੰ ਕਹਾਂ ਸੇ ਬਤਾ ਰਹੀ ਹੈ ਸਰ ਉਹ ਜੋ ਕੱਲ ਲੀਨੀਅਰ ਸਰਚ ਕਰਵਾ ਤਾ ਬਸ ਬਸ ਬੈਠ ਜਾ ਜਾ ਕੇ ਦੁਬਾਰਾ ਸੇ ਅਗਰ ਐਸੀ ਹਰਕਤ ਕੀ ਨਾ ਮੈਂ ਬਾਹਰ ਨਿਕਾਲ ਦੂੰਗਾ ਕਲਾਸ ਸੇ ਓਕੇ ਸਰ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਦੀਕਸ਼ਾ ਸ਼ਰਮਾ ਤੁਸੀਂ ਕੀ ਕਰਦੇ ਹੋ ਜੀ ਐਮਐਸਸੀ ਆਈਟੀ 3rd ਐਮਐਸਸੀ ਆਈਟੀ ਤੇ ਕਿੰਨਵਾਂ ਸਾਲ ਹੈ ਤੁਹਾਡਾ ਲਾਸਟ ਲਾਸਟ ਇਅਰ ਪੜ੍ਹਾਈ ਵਧੀਆ ਹੋ ਗਈ ਸਾਰੀ ਹਾਂਜੀ ਓਕੇ ਜੀ ਕੀ ਬਣਨਾ ਤੁਹਾਡਾ ਫਿਊਚਰ ਕੀ ਪਲਾਨ ਹੈ ਜੀ ਕੀ ਬਣਨਾ ਜੀ ਸਰ ਵੈਸੇ ਤੇ ਆਫੀਸਰ ਬਣਨਾ ਹੈ ਕਿਸੇ ਵੀ ਆਫੀਸਰ ਬਣਨਾ ਜੀ ਕਿਹੜੇ ਫੀਲਡ 'ਚ ਜੀ ਕਿਸੇ ਵੀ ਫੀਲਡ 'ਚ ਮਿਲ ਜੇ ਹੌਬੀਜ਼ ਕੀ ਸ਼ੌਂਕ ਕੀ ਨੇ ਤੁਹਾਡੇ ਸਰ ਐਂਕਰਿੰਗ ਡਾਂਸ ਐਂਕਰਿੰਗ ਵੀ ਕਰ ਲੈਣੇ ਜੀ ਹਾਂਜੀ ਚਲੋ ਤੁਸੀਂ ਰਵਨੀਤ ਬਣ ਗਏ ਜੀ ਠੀਕ ਹੈ ਤੁਸੀਂ ਕੰਟੀਨੀ ਮਡੀਰ ਕਰਨਾ ਜੀ ਠੀਕ ਹੈ ਜੀ ਪਲੀਜ਼ ਸਰ ਪਹਿਲਾਂ ਪੋਇਮ ਸੁਣਾ ਦਾ ਇੱਕ ਅੱਛਾ ਪੋਇਮ ਸੁਣਾਓ ਚਲੋ ਪੋਇਮ ਜਿਹੜਾ ਕੰਮ ਕਰਨਾ ਹੈ ਉਹ ਕਰ ਲਓ ਜੀ ਮਾਪੇ ਕਹਿਣ ਧੀਏ ਮਾਪੇ ਕਹਿਣ ਧੀਏ ਤੂੰ ਭਾਵੇਂ ਸਾਡੀ ਜਾਈ ਹੈ ਤੂੰ ਭਾਵੇਂ ਸਾਡੀ ਜਾਈ ਹੈ ਪਰ ਫਿਰ ਵੀ ਤੂੰ ਪਰਾਈ ਹੈ ਸਹੁਰੇ ਕਹਿਣ ਤੂੰ ਦੂਸਰੇ ਘਰੋਂ ਆਈ ਹੈ ਮਾਪੇ ਕਹਿਣ ਧੀਏ ਤੂੰ ਦੂਸਰੇ ਦੇ ਵਿਹੜੇ ਦਾ ਚੰਨ ਸਹੁਰੇ ਕਹਿਣ ਤੇਰੇ ਨਾਲੋਂ ਪਿਆਰਾ ਤੇਰੇ ਮਾਪਿਆਂ ਦਾ ਧਨ ਤੀ ਕਹੇ ਮੈਂ ਕਿੱਥੇ ਜਾਵਾਂ ਜਿੱਥੇ ਸਭ ਨੂੰ ਆਪਣਾ ਪਾਵਾਂ ਹੇ ਰੱਬ ਤੂੰ ਮੈਨੂੰ ਕਿਉਂ ਬਣਾਇਆ ਕਿਉਂ ਇਸ ਧਰਤੀ 'ਤੇ ਪਹੁੰਚਾਇਆ ਸਾਰੇ ਧੀਆਂ ਨੂੰ ਕਹਿਣ ਕਿਉਂ ਜਾਇਆ ਪਰ ਹੁਣ ਕਿਉਂ ਕਿਸੇ ਦੀ ਵਾਧੂ ਗੱਲ ਸਹਿ ਲਈਏ ਜਿਸ ਦਿਨ ਵੱਡੀ ਅਫਸਰ ਬਣ ਕੇ ਮੈਂ ਆਪਣੀ ਕਿਸਮਤ ਫੇਰ ਲਈ ਉਸ ਦਿਨ ਸਹੁਰੇ ਕਹਿਣਗੇ ਤੂੰ ਸਾਡੀ ਹੈ ਅਤੇ ਮਾਪੇ ਕਹਿਣਗੇ ਤੂੰ ਸਾਡੀ ਹੈ ਪਰ ਉਸ ਦਿਨ ਮੈਂ ਕਹਾਂਗੀ ਅੱਜ ਮੈਂ ਨਾ ਮਾਪਿਆਂ ਦੀ ਨਾ ਸਹੁਰਿਆਂ ਦੀ ਅੱਜ ਮੈਂ ਹਾਂ ਸਿਰਫ ਮੇਰੀ ਕੀ ਬਾਤ ਹੈ ਬਹੁਤ ਖੂਬ ਬਹੁਤ ਖੂਬ ਥੈਂਕ ਯੂ ਸੋ ਮਚ ਜੀ ਸੋ ਬਹੁਤ ਵਧੀਆ ਮੀਨਿੰਗ ਜੀ ਬਹੁਤ ਵਧੀਆ ਪੋਇਮ ਸੋ ਬਾਕੀ ਬਹੁਤ ਵਧੀਆ ਕਵਿਤਾ ਇੱਕ ਧੀ ਦੇ ਮੂੰਹੋਂ ਹੀ ਅਸੀਂ ਸੁਣੀ ਜੀ ਸੋ ਮਾਲਕ ਇਸ ਧੀ ਦੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰੇ ਮੇਰੀ ਭੈਣ ਦੀਆਂ ਬਾਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਸੋਚ ਨੂੰ ਸੋ ਇੱਦਾਂ ਦੇ ਜਿਹੜੇ ਪੋਇਮਾਂ ਸੀ ਜਿਹਨੇ ਵੀ ਲਿਖੀ ਹੈ ਜੀ ਬਹੁਤ ਲਾਜਵਾਬ ਕਲਮ ਬਹੁਤ ਖੂਬ ਸੀ ਕਲਮ ਬਹੁਤ ਵਧੀਆ ਮੇਰੀ ਭੈਣ ਨੇ ਸੁਣਾਈ ਬਹੁਤ ਕਵਿਤਾ ਇੱਕ ਵਾਰ ਜ਼ੋਰਦਾਰ ਤਾੜੀਆਂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਕੀ ਨਾਂ ਤੁਹਾਡਾ ਉਹੀ ਕਾਲਾ ਦੇ ਨਾਲ ਜਾਂਦੇ ਹਾਂ ਹੈਂਜੀ ਉਹੀ ਕਾਲਾ ਹੈਂਜੀ ਉਹੀ ਕਾਲਾ ਇਹ ਉਹੀ ਗੋਰਾ ਅੱਛਾ ਇਹ ਉਹੀ ਗੋਰਾ ਤੁਹਾਡੇ ਕਰਕੇ ਭੁਲੇਖੇ ਵੈਸੇ ਤੁਸੀਂ ਭੁਲੇਖੇ ਪਾਉਣੀ ਹੋਣਾ ਨਾਮ 'ਚ ਹੀ ਭੁਲੇਖਾ ਪਾਤਾ ਹੁਣ ਤੁਹਾਡੇ ਕਰਕੇ ਭੁਲੇਖਾ ਪਿਆ ਕਦੇ ਘਰਦਿਆਂ ਨੂੰ ਕਦੇ ਰਾਸ਼ਨ ਵਾਲੀ ਦੁਕਾਨ ਨੂੰ ਕਦੇ ਮੈਡਮ ਨੂੰ ਪੈਂਦੇ ਰਹਿੰਦੇ ਬਾਈ ਮੈਂ ਜੁੜਵਾ ਹੈਂ ਜੁੜਵਾ ਬਾਈ ਪੈਂਦੇ ਰਹਿੰਦੇ ਆ ਕਿੰਨੇ ਮਿੰਟ ਦਾ ਫਰਕ ਹੈ ਤੁਹਾਡਾ ਇਹ ਹਰ ਬੰਦਾ ਪੁੱਛਦਾ ਕਿ ਕਿੰਨੇ ਮਿੰਟ ਦਾ ਫਰਕ ਹੈ ਆਪਾਂ ਉਹਨਾਂ ਨੂੰ ਇੱਕ ਹਰ ਜਵਾਬ ਦਿੰਦੇ ਹਾਂ ਆਪਾਂ ਸੁੱਤੇ ਦੇ ਸੀ ਮੰਮੀ ਵੀ ਹੋਸੀ ਬਾਪੂ ਮਿਲਦੇ ਹੁੰਦੇ ਹੋਰ ਸੁਣਾਓ ਕਿੱਥੇ ਰਹਿੰਦੇ ਤੁਸੀਂ ਬਾਈ ਪਠਾਨਕੋਟ ਦੇ ਲੋਕਲ ਹੀ ਆ ਕੋਈ ਗੱਲਬਾਤ ਕੋਈ ਸੁਣਾਓ ਕੋਈ ਸ਼ੇਅਰ ਕਰੋ ਬਾਈ ਜਿਹੜੇ ਕਾਲਜ ਨੂੰ ਪਛਾਣ ਮਿਲੀ ਇਹ ਕਾਲਜ ਤੋਂ ਆਪਾਂ ਕਾਲਜ ਦੇ ਬਾਅਦ ਤੁਸੀਂ ਮੇਰਾ ਸਾਥ ਦੇਣਾ ਵੀਰੋ ਤੁਹਾਨੂੰ ਪਤਾ ਮੈਂ ਕਿਹੜਾ ਗਾਣਾ ਗਾਉਣ ਲੱਗਾ ਠੀਕ ਹੈ
ਹੋ ਰੱਬਾ ਤੇਰੇ ਨਾਲ ਇੱਕ ਕਿਲਾ ਕਰ ਦੇ, ਵੇਖ ਵੇਖ ਕੁੜੀਆਂ ਨੂੰ ਰਹੀਏ ਮਰਦੇ। ਹੋ ਰੱਬਾ ਤੇਰੇ ਨਾਲ ਇੱਕ ਕਿਲਾ ਕਰ ਦੇ, ਵੇਖ ਵੇਖ ਕੁੜੀਆਂ ਨੂੰ ਰਹੀਏ ਮਰਦੇ। ਰੋਜ਼ ਹੋਰਾਂ ਨਾਲ ਬੈਠ ਪੀਂਦੀਆਂ ਏ ਕੋਕਣੇ, ਸਾਨੂੰ ਛੜੇ ਆ ਕੇ ਬੁਲਾਉਂਦੇ ਲੋਕ ਨੇ ਸਾਨੂੰ ਛੜੇ। ਲੜਾਈ ਦੇ ਡਰ ਕੱਢੇ ਹਰ ਪਲ ਦਾ, ਜਾਂਦਾ ਨੀ ਤੇਰੇ ਪ ਕੋਈ ਮਕਾਈ ਨਿਕਲਦਾ। ਲੜਾਈ ਦੇ ਡਰ ਕੱਢੇ ਹਰ ਪਲ ਦਾ, ਜਾਂਦਾ ਨੀ ਤੇਰੇ ਪ ਕੋਈ ਮਕਾਈ ਨਿਕਲਦਾ। ਬੜੇ ਬਦਨਾਮ ਨਿਗਾ ਵਿੱਚ ਚੜੇ ਰਹਿੰਦੇ ਆ, ਵੇ ਹੁੰਦੀਆਂ ਬਾਹਰ ਖੜੇ ਰਹਿੰਦੇ ਆ। ਉਹ ਕਹਿੰਦੇ ਬੱਕਰੀਆਂ ਵਿੱਚ ਵਾਲਨੇ ਕਵੋਕਨੇ, ਸਾਨੂੰ ਛੜੇ ਆ ਕੇ ਬੁਲਾਉਂਦੇ ਲੋਕ ਨੇ ਸਾਨੂੰ ਛੜੇ। ਬਈ ਉਹਨੂੰ ਦੇ ਮਾਈਕ ਯਾਰ, ਉਹ ਮਾਈਕ ਮੰਗੀ ਜਾਂਦਾ। ਬਈ ਸੱਚੀ ਗੱਲ ਆ, ਠੀਕ ਆ, ਦਿਲੋਂ ਕਰਨਾ। 4 ਸਾਲਾਂ ਵਿੱਚ ਕਿਤੇ ਗੱਲਬਾਤ ਹੋਈ ਨਾ, ਸਾਡੇ ਭਾਰੀ ਕਾਲਜ ਵਿੱਚ ਕੁੜੀ ਕੋਈ ਨਾ। 4 ਸਾਲਾਂ ਵਿੱਚ ਕਿਤੇ ਗੱਲਬਾਤ ਹੋਈ ਨਾ, ਸਾਡੇ ਭਾਰੀ ਕਾਲਜ ਵਿੱਚ ਕੁੜੀ ਕੋਈ ਨਾ। ਨਾਲ ਦੇ ਕਮਿਟੜੇ ਨੇ ਸਾਰੇ ਹੋ ਗਏ, ਕੁੜੀਆਂ ਦੇ ਨਖਰੇ ਵੀ ਭਾਰੇ ਹੋ ਗਏ। ਕੁਝ ਫੇਸਬੁੱਕ ਉੱਤੇ ਕਰਦੀਆਂ ਪੋਕ ਨੇ, ਸਾਨੂੰ ਛੜੇ ਇੱਕ ਫੈਸਲਾ ਤਾਂ ਹੱਕ ਚ ਸੁਣਾਓ ਸਾਨੂੰ ਵੀ ਸੀ ਐਸ ਸੀ ਦੇ ਬਲੋਕ ਚ ਪੜ੍ਹੋ ਸਾਨੂੰ ਵੀ ਪੂਰੀ ਸਾਡੀ ਦਿਲ ਵਾਲੀ ਆਸ ਹੋਵੇਗੀ, ਪਰ ਬੰਕ ਦੇਣਾ ਕਦੇ ਵੀ ਕਲਾਸ ਹੋਵੇਗੀ। ਲੈਕਚਰ ਸਾਰਿਆਂ ਨੇ ਸੀਨਾ ਠੋਕ ਕੇ, ਸਾਨੂੰ ਛੜੇ ਚੜੇ ਆ ਕੇ ਬਲੋਂ ਦੇ ਲੋਕ ਨੇ ਸਾਨੂੰ ਛੜੇ ਚੜੇ। ਸਦਾ ਕੁਛ ਰਹੀਏ ਯਾਰਾਂ ਵਿੱਚ ਰੰਗੇ ਆ, ਆਖਦਾ ਹੈ ਰੱਬ ਚੋ ਕੱਲੇ ਚੰਗੇ ਆ। ਯਾਰਾਂ ਕੋਲੋਂ ਬੜਾ ਕੁਝ ਸਿੱਖ ਲੈਨੇ ਆ, ਮੂੰਹ ਮਾਰ ਲਈਏ ਥੋੜਾ ਲਿਖ ਲੈਨੇ ਆ। ਗੀਤ ਗਾਏ ਗੋਰੇ ਨੇ ਵੀ ਠੋਕ ਕੇ, ਛੜੇ ਆ ਕੇ ਬਲੋਂ ਦੇ ਲੋਕ ਨੇ ਸਾਨੂੰ ਛੜੇ ਚੜੇ। ਦੁਨੀਆ ਤੇਰੀ ਮਾਲਕਾ ਵੇ ਪੈ ਗਈ ਕਿਹੜੇ ਰਾਹ, ਮੈਨੂੰ ਸਮਝ ਨਹੀਂ ਆਉਂਦੀ ਮਾਲਕਾ ਕੀ ਗੈ ਜਮਾਨਾ ਆ। ਉਹ ਦੁਨੀਆ ਤੇਰੀ ਮਾਲਕਾ ਵੇ ਪੈ ਗਈ ਕਿਹੜੇ ਰਾਹ, ਮੈਨੂੰ ਸਮਝ ਨਹੀਂ ਆਉਂਦੀ ਮਾਲਕਾ ਕੀ ਗੈ ਜਮਾਨਾ ਆ। ਉਹ ਪੁੱਲ ਬੈਠੇ ਨੇ ਵਿਰਸਾ ਆਪਣਾ, ਓਏ ਕੀ ਨੇ ਸ਼ਰਮਾ ਲਾਈਆਂ। ਉਹ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ, ਓਏ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ। ਅੱਗੇ ਕੀ ਕਹਿੰਦਾ ਬਈ, ਕਹਿੰਦਾ ਇਹ ਅੱਜ ਦੀ ਗੱਲ ਯੂਥ ਦੇ, ਕਹਿੰਦਾ ਕਾਰਾਂ ਕੋਠੀਆਂ ਵਿੱਚ ਰਹਿੰਦੇ ਨੇ, ਠਾਉਂਦਾ ਨਹੀਂ ਕੋਈ ਸੁੱਤਿਆਂ ਨੂੰ। ਓਏ ਮਾਪਿਆਂ ਦਾ ਸਤਿਕਾਰ ਨਹੀਂ ਲਿਆ ਗਿਆ, ਪਿਆਰ ਕਰਦੇ ਨੇ ਕੁੱਤਿਆਂ ਨੂੰ। ਕਾਰਾਂ ਕੋਠੀਆਂ ਵਿੱਚ ਰਹਿੰਦੇ ਨੇ, ਠਾਉਂਦਾ ਨਹੀਂ ਕੋਈ ਸੁੱਤਿਆਂ ਨੂੰ। ਮਾਪਿਆਂ ਦਾ ਸਤਿਕਾਰ ਨਹੀਂ ਲਿਆ ਗਿਆ, ਪਿਆਰ ਕਰਦੇ ਨੇ ਕੁੱਤਿਆਂ ਨੂੰ। ਓਏ ਲਾਜ ਦੇ ਹੱਥੋਂ ਬਾਪੂ ਮਰ ਗਿਆ, ਪਿੱਟ ਬੁੱਲ ਨੂੰ ਦੇਣ ਦਵਾਈਆਂ। ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ। ਬਈ ਅੱਗੇ ਕੀ ਕਹਿੰਦਾ, ਬਈ ਸੁਣ ਲਈ ਗੱਲ ਹੈ ਮੇਰੀ ਭੈਣਾਂ ਦੀਆਂ ਜੋ ਵੀ ਆ ਬਈ, ਇਹ ਵੀਰ ਬਈ ਆ ਸੱਚੀ ਗੱਲ ਆ ਬਈ, ਸੱਚੀ ਗੱਲ ਆ ਬਈ, ਗੁੱਸਾ ਨਾ ਕਰਿਓ ਬਈ। ਵੀਰ ਕੀ ਕਹਿੰਦਾ, ਕਹਿੰਦਾ ਵੀਰੇ ਆਖਦਾ ਭੈਣੇ ਨੀ ਕਰਵਾ ਦੇ ਮੇਰਾ ਹੱਲ, ਆਪਣੀ ਉਸ ਸਹੇਲੀ ਨਾ ਕਰਵਾ ਦੇ ਮੇਰੀ ਗੱਲ। ਓ ਵੀਰੇ ਆਖਦਾ ਭੈਣੇ ਨੀ ਕਰਵਾ ਦੇ ਮੇਰਾ ਹੱਲ, ਆਪਣੀ ਉਸ ਸਹੇਲੀ ਨਾ ਕਰਾ ਦੇ ਮੇਰੀ ਗੱਲ। ਓਏ ਉਹ ਕੀ ਰੋਕੂਗਾ ਭੈਣ ਨੂੰ ਜਿੰਨੇ ਆਪ ਹੀ ਸ਼ਰਮਾ ਲਾਈਆਂ। ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ, ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ। ਬਹੁਤ ਵਧੀਆ, ਥੈਂਕ ਯੂ ਸੋ ਮਚ। ਜਿੱਥੇ ਬਾਈ ਹੋਰਾਂ ਨੇ ਛੜੇ ਆ ਕੇ ਬਹੁਤ ਕਲੋਲੀ ਵਾਲਾ ਗੀਤ ਗਾਇਆ, ਉੱਥੇ ਨਾਲ ਦੀ ਨਾਲ ਇੱਕ ਮੈਸੇਜ ਵਾਲਾ ਟੱਪੇ ਵੀ ਸੁਣਾਏ ਸੀ ਦੋਵਾਂ ਨੇ ਰਲ ਕੇ। ਸੋ ਬਹੁਤ ਵਧੀਆ ਮੀਨਿੰਗਫੁੱਲ ਐਂਟਰਟੇਨਮੈਂਟ ਕੀਤਾ ਭਾਅ ਜੀ ਹੋਰਾਂ ਨੇ, ਥੈਂਕ ਯੂ ਸੋ ਮਚ ਜੀ ਵੀਰੇ, ਗੋਡ ਬਲੈਸ ਯੂ ਬੋਥ ਬ੍ਰਦਰਸ।
ਕਹੋ ਸਤਿ ਸ੍ਰੀ ਅਕਾਲ ਨਹੀਂ ਸਤਿ ਸ੍ਰੀ ਅਕਾਲ ਕਹੋ ਕੋਈ ਨਹੀਂ ਹਜੇ ਨਹੀਂ 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 ਹਜੇ ਬੁਲਾਉਣ ਲੱਗ ਗਏ ਸਤਿ ਸ੍ਰੀ ਅਕਾਲ ਕਹਿਣਗੇ ਜ਼ਰੂਰ ਆਓ ਜੀ ਆਓ ਕੇ ਕਿੱਧਰ ਮਾਈਕ ਇਹਨਾਂ ਕੋਲ ਆਓ 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 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਪ੍ਰਿਆ ਪ੍ਰਿਆ ਹਾਂਜੀ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਪਠਾਨਕੋਟ ਤੋਂ ਬੇਸਿਕਲੀ ਕਿੰਨੇ ਭੈਣ ਭਰਾ ਤਿੰਨ ਜਣੇ ਜੀ ਹਾਂਜੀ ਓਕੇ 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 ਛੋਟੇ ਨੇ ਵੱਡੇ ਨੇ ਮੈਂ ਵੱਡੀ ਹਾਂ ਅੱਗੇ ਛੋਟੀ ਮੇਰੀ ਭੈਣ ਹੈ ਫਿਰ ਛੋਟਾ ਮੇਰਾ ਭਰਾ ਓਕੇ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਮਿਲਦਾ ਸਭ ਤੋਂ ਜ਼ਿਆਦਾ ਪਹਿਲਾਂ ਮੈਨੂੰ ਹੀ ਮਿਲਦਾ ਮੰਮੀ ਪਿਆਰ ਜ਼ਿਆਦਾ ਕਰਦੇ ਕਿ ਡੈਡੀ ਪਾਪਾ ਨਹੀਂ ਡੈਡੀ ਕੀ ਮੰਮੀ ਡੈਡੀ ਅੱਛਾ ਜੀ ਅੱਛਾ ਜੀ ਫਾਦਰ ਸਾਹਿਬ ਕਰਦੇ ਕੀ ਨੇ ਵੈਸੇ ਪਾਪਾ ਬਿਜ਼ਨਸ ਹੈ ਕ੍ਰੈਸ਼ਰਸ ਓਕੇ ਬਿਜ਼ਨਸ ਕਾਹਦਾ ਕ੍ਰੈਸ਼ਰਸ ਕ੍ਰੈਸ਼ਰ ਇਹ ਤਾਂ ਅਮੀਰ ਬੰਦੇ ਹੁੰਦੇ ਨੇ ਉਹ ਚੁਟਕਲਿਆਂ 'ਚ ਸੁਣਿਆ ਮੈਂ ਉਹਨਾਂ ਦੇ ਕ੍ਰੈਸ਼ਰ ਹੈ ਉਹਨਾਂ ਦੇ ਕ੍ਰੈਸ਼ਰ ਤੁਸੀਂ ਹੋ ਬੱਲੇ ਬੱਲੇ ਦਾਂਤੋਂ ਮੇਂ ਵੀ ਵਿੱਥ ਹੈ ਆਪਕੇ ਪਤਾ ਕਿਆ ਜਿਨਕੇ ਦਾਂਤੋਂ ਮੇਂ ਸਪੇਸ ਹੋਤੀ ਹੈ ਮਤਲਬ ਕਿ ਪੰਜਾਬੀ 'ਚ ਕਹਿੰਦੇ ਆਪਾਂ ਵਿੱਥ ਅਮੀਰ ਹੋਤੇ ਹੈ ਉਹ ਅਸੀਂ ਗਰੀਬ ਆ ਦੰਦ ਦੇ ਉੱਤੇ ਦੰਦ ਜਿਹੜਾ ਦੇਖੋ ਰੱਬ ਦੀ ਮਿਹਰਬਾਨੀ ਹੈਗੀ ਹੈ ਹੈਨੀ ਰੱਬ ਦੀ ਮਿਹਰਬਾਨੀ ਹੋਏ ਬਹੁਤ ਵਧੀਆ ਬਹੁਤ ਮਿਹਰਬਾਨੀ ਹੈ ਜੀ ਤੁਹਾਡੇ ਤੇ ਐਦਾਂ ਹੀ ਮਿਹਰ ਇਹ ਬਣੀ ਰਵੇ ਪਰਮਾਤਮਾ ਦੀ ਥੈਂਕ ਯੂ ਸੋ ਮਚ ਮੰਮੀ ਬਹੁਤ ਪਿਆਰ ਕਰਦੇ ਨੇ ਪਾਪਾ ਪਾਪਾ ਹਾਂਜੀ ਸਾਰੀਆਂ ਜਿੱਦਾਂ ਪੂਰੀਆਂ ਹਾਂਜੀ ਸਾਰੀਆਂ ਹੀ ਹੁੰਦੀਆਂ ਕਿਹੜੀ ਰੀਸੈਂਟਲੀ ਕਿਹੜੀ ਉਹਨਾਂ ਨੇ ਤੁਹਾਡੀ ਡਿਮਾਂਡ ਪੂਰੀ ਕੀਤੀ ਰੀਸੈਂਟਲੀ ਐਕਚੁਅਲੀ ਘੁੰਮਣ ਫਿਰਨਾ ਜਾਣਾ ਸੀ ਚੰਡੀਗੜ੍ਹ ਮੇਰੀ ਇੱਕ ਜੁਆਇੰਟ ਫੈਮਿਲੀ ਹੈਗੀ ਨਹੀਂ ਜਾਣ ਦਿੰਦੇ ਕੁੜੀਆਂ ਨੂੰ ਬਾਹਰ ਹਾਂਜੀ ਤੇ ਮੇਰੇ ਪਾਪਾ ਹਮੇਸ਼ਾ ਮੈਨੂੰ ਸਪੋਰਟ ਕਰਦੇ ਕਿ ਤੂੰ ਬਾਹਰ ਜਾ ਘੁੰਮ ਫਿਰ ਓਕੇ ਕਿਆ ਬਾਤ ਹੈ ਮੈਨੂੰ ਲੱਗਦਾ ਮੇਰੇ ਪਾਪਾ ਇਸ ਕਰਕੇ ਮੈਨੂੰ ਜ਼ਿਆਦਾ ਪਿਆਰ ਕਰਦੇ ਨੇ ਸੋ ਬਹੁਤ ਵਧੀਆ ਜੀ ਜਿਵੇਂ ਮੈਂ ਪਹਿਲਾਂ ਕਿਹਾ ਸੀ ਕੁੜੀਆਂ ਮੁੰਡੇ ਹੁਣ ਇਕੁਅਲ ਨੇ ਉਹ ਇਹਨਾਂ ਦੇ ਫਾਦਰ ਸਾਹਿਬ ਤੁਹਾਨੂੰ ਬਹੁਤ ਸਪੋਰਟ ਕਰਦੇ ਨੇ ਹਾਂਜੀ ਬਾਕੀ ਇਹ ਵੀ ਜਿੱਥੇ ਵੀ ਤੁਸੀਂ ਹੋਵੋ ਤੁਹਾਨੂੰ ਜਿਵੇਂ ਇਦਾਂ ਹੁੰਦਾ ਜਿਵੇਂ ਮੈਂ ਅੱਜ ਇੱਥੇ ਪਠਾਨਕੋਟ ਆਇਆ ਤਾਂ ਮੈਨੂੰ ਸਵੇਰੇ ਵੀ ਮੰਮੀ ਦੀ ਕਾਲ ਆ ਗਈ ਸ਼ੂਟ ਕਰਨ ਤੋਂ ਪਹਿਲਾਂ ਵੀ ਮੰਮੀ ਦੀ ਕਾਲ ਆ ਗਈ ਕਿਤੇ ਨਾ ਕਿਤੇ ਆਪਾਂ ਇਰੀਟੇਟ ਹੋ ਜਾਂਦੇ ਆ ਸਾਰੇ ਵੀ ਮੰਮੀ ਦੁਬਾਰਾ ਫੋਨ ਕਰੀ ਜਾਂਦੇ ਨੇ ਡੈਡੀ ਦੁਬਾਰਾ ਫੋਨ ਕਰੀ ਜਾਂਦੇ ਨੇ ਪਰ ਸੱਚੀ ਗੱਲ ਦੱਸਾਂ ਜੀ ਮਾਂ ਪਿਓ ਤੋਂ ਵੱਧ ਕੇ ਤੁਹਾਨੂੰ ਪਿਆਰ ਕਰਨ ਵਾਲਾ ਕੋਈ ਨਹੀਂ ਹੈਗਾ ਜਦੋਂ ਫੋਨ ਆਉਂਦਾ ਹੁੰਦਾ ਤੁਸੀਂ ਸੁਣ ਲਿਆ ਕਰੋ ਪਿਆਰ ਨਾਲ ਕਹਿ ਦਿਆ ਕਰੋ ਕਿ ਅਸੀਂ ਇੱਥੇ ਹਾਂ ਕਿਉਂਕਿ ਮਾਂ ਨੂੰ ਹਮੇਸ਼ਾ ਹੀ ਚਿੰਤਾ ਹੁੰਦੀ ਹੈ ਪਿਓ ਨੂੰ ਵੀ ਕਿ ਮੇਰੀ ਬੱਚੀ ਕਿੱਥੇ ਹੈ ਮੇਰਾ ਪੁੱਤ ਕਿੱਥੇ ਹੈ ਸੋ ਉਹਨਾਂ ਦਾ ਫੋਨ ਆਪਾਂ ਕਦੇ ਨਹੀਂ ਕੱਟਣਾ ਆਪਾਂ ਹਮੇਸ਼ਾ ਹੀ ਉਹਨਾਂ ਨਾਲ ਪਿਆਰ ਨਾਲ ਕਹਿਣਾ ਮੰਨਣਾ ਮਾਂ ਪਿਓ ਦਾ ਅਤੇ ਤਾਂ ਡਿਮਾਂਡਾਂ ਪੂਰੀਆਂ ਹੋਣਗੀਆਂ ਹਾਂਜੀ ਸੋ ਮੈਂ ਦੁਬਾਰਾ ਟੋਪਿਕ 'ਤੇ ਆਉਣਾ ਜੀ ਤੁਸੀਂ ਕਿਹਾ ਕਿ ਪਾਪਾ ਨੇ ਬਹੁਤ ਸਪੋਰਟ ਕੀਤਾ ਹਮੇਸ਼ਾ ਤੁਹਾਨੂੰ ਕਰਦੇ ਵੀ ਰਹੇ ਨੇ ਸੋ ਕਿਤੇ ਨਾ ਕਿਤੇ ਹਜੇ ਵੀ ਬਹੁਤ ਥੋੜ੍ਹਾ ਰਹਿ ਗਿਆ ਜੀ 10% ਆਪਾਂ ਕਹਿ ਲਈਏ 15% ਕਹਿ ਲਈਏ ਕਈ ਵਾਰੀ ਮਾਂ ਪਿਓ ਕੁਛ ਇਦਾਂ ਦੇ ਵੀ ਹੈਗੇ ਨੇ ਜਿਹੜੇ ਕੁੜੀਆਂ ਨੂੰ ਨਹੀਂ ਜਮਣਾ ਚਾਹੁੰਦੇ ਤੁਹਾਡੇ ਵੱਲੋਂ ਕੀ ਮੈਸੇਜ ਹੈ ਮੇਰੇ ਵੱਲੋਂ ਤਾਂ ਇੱਕ ਹੀ ਮੈਸੇਜ ਹੈ ਕਿ ਕੁੜੀਆਂ ਨੂੰ ਨਾ ਮਾਰੋ ਤੇ ਆਪਣੀ ਕੁੜੀਆਂ ਜਿੱਥੇ ਹੈ ਘੁਮਾਓ ਫਿਰਾਓ ਉਹਨੂੰ ਪੜਾਓ ਲਿਖਾਓ ਅੱਜ ਕੱਲ੍ਹ ਕਿ ਮੁੰਡੇ ਮਾਂ ਪਿਓ ਨੂੰ ਛੱਡ ਦਿੰਦੇ ਕੁੜੀਆਂ ਨਹੀਂ ਆਪਣੇ ਮਾਂ ਪਿਓ ਨੂੰ ਛੱਡਦੀਆਂ ਕੀ ਬਾਤ ਹੈ ਕੀ ਬਾਤ ਹੈ ਮੈਂ ਆਪਣੇ ਵੱਲੋਂ ਕੀ ਆਪਣੇ ਫਰੈਂਡਸ ਵੱਲੋਂ ਇਹੀ ਕਹਾਂਗੀ ਕਿ ਕੁੜੀਆਂ ਨੂੰ ਪੰਖ ਦਵੋ ਉੱਡਣ ਤੇ ਆਪਣੀ ਹਰ ਆਪਣੀ ਇੱਛਾਵਾਂ ਪੂਰੀਆਂ ਕਰਨ ਕੀ ਬਾਤ ਹੈ ਜੀ ਕੀ ਬਾਤ ਹੈ ਥੈਂਕ ਯੂ ਸੋ ਮਚ ਤੁਹਾਡਾ ਨਾਂ ਕੀ ਸੀਗਾ ਪ੍ਰਿਆ ਪ੍ਰਿਆ ਕ੍ਰੈਸ਼ਰ ਵਾਲੇ ਅੰਕਲ ਨੂੰ ਵੀ ਜ਼ਰੂਰ ਥੈਂਕਸ ਕਿਓ ਤੇ ਉਹ ਬਹੁਤ ਉਹਨਾਂ ਦੀ ਸੋਹਣੀ ਸੋਚ ਹੈ ਮਾਲਕ ਉਹਨਾਂ ਦੀ ਸੋਚ ਇਦਾਂ ਹੀ ਬਰਕਰਾਰ ਰੱਖੇ ਥੈਂਕ ਯੂ ਸੋ ਮਚ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਤੁਹਾਡੇ ਕ੍ਰੈਸ਼ਰ ਕ੍ਰੈਸ਼ਰ ਲੱਗਦੇ ਰਹਿਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਜੀ ਬਸ ਠੀਕ ਠਾਕ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਰੋਹਿਤ ਹੈ ਵੀਰੇ ਰੋਹਿਤ ਹੈ ਹਾਂਜੀ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਪਠਾਨਕੋਟ ਤੋਂ ਲੋਕਲ ਜੀ ਪਿੰਡ ਮਨਵਾਲ ਓਕੇ ਹਾਂਜੀ ਕਿਹੜਾ ਸਬਜੈਕਟ ਹੈ ਇੱਥੇ ਮੇਰਾ ਮਕੈਨੀਕਲ ਬੀਟੈਕ ਮਕੈਨੀਕਲ ਜੀ ਛੜੇ ਛੜੇ ਹਾਂਜੀ ਬਿਲਕੁਲ ਜੀ ਓਕੇ 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 ਕੀ ਸੁਣਾਓਗੇ ਸਾਨੂੰ ਕੀ ਸ਼ੌਂਕ ਨੇ ਹੌਬੀਜ਼ ਮੈਂ ਜੀ ਸਿੰਗਿੰਗ ਕਰਦਾ ਜੀ ਸੁਣਾਓ ਜੀ ਹਾਂਜੀ ਤੇ ਇਹ ਕੀ ਲਿਖਿਆ ਜੀ ਆਪਾਂ ਲਵ ਯੂ ਬੇਬੇ ਬਾਪੂ ਆਹ ਦੇਖੋ ਜੀ ਸੋ ਆਹ ਕਦਰ ਹੈ ਜੀ ਟੈਟੂ ਬਹੁਤ ਸੋਹਣਾ ਅਤੇ ਜਿਹੜੇ ਪੇਰੈਂਟਸ ਹੈਗੇ ਨੇ ਜ਼ਰੂਰ ਦੇਖਦੇ ਹੋਣਗੇ ਵੱਡੇ ਇਹ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਪੇਰੈਂਟਸ ਆਪਣੇ ਪੇਰੈਂਟਸ ਨੂੰ ਜਿਹੜੇ ਸਾਡੇ ਦਾਦਾ ਦਾਦੀ ਜੀ ਉਹਨਾਂ ਦੀ ਸੇਵਾ ਕਰਨੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਟੀ ਸ਼ਰਟ 'ਤੇ ਕੀ ਲਿਖਿਆ ਜੀ ਟੱਲੀ ਨਹੀਂ ਹੁੰਦੇ ਆਪਾਂ ਔਸਮ ਹੋ ਜਾਈਦਾ ਚਲੋ ਬਹੁਤ ਸ਼ਰਾਰਤੀ ਜੀ ਲਾਈਨ ਹੈ ਜੀ ਬਹੁਤ ਵਧੀਆ ਸੁਣਾਓ ਜੀ ਉਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਥਾਲੀ ਉਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਥਾਲੀ ਨੀ ਭੈਣ ਤੇਰੀ ਨਾਲ ਵਿਆਹ ਕਰਵਾ ਕੇ ਉਹ ਭੈਣ ਤੇਰੀ ਨਾਲ ਵਿਆਹ ਕਰਵਾ ਕੇ ਤੈਨੂੰ ਬਣਾ ਲੂ ਸਾਲੀ ਨੀ ਮਾਂ ਤੇਰੀ ਨੂੰ ਮੈਂ ਸੱਸ ਬਣਾ ਲੂ ਉਹ ਮਾਂ ਤੇਰੀ ਨੂੰ ਮੈਂ ਸੱਸ ਬਣਾ ਲੂ ਪਿਓ ਨੂੰ ਬਣਾ ਲੂ ਸੋਹਰਾ ਨੀ ਤੇਰੇ ਪਿੰਡ ਵਿੱਚ ਦੀ ਕੱਢ ਕੇ ਫਿਰਾਂਗੇ ਟੋਰਾ ਨੀ ਤੇਰੇ ਪਿੰਡ ਵਿੱਚ ਦੀ ਉਹ ਕੱਢ ਕੇ ਫਿਰਾਂਗੇ ਬਹੁਤ ਵਧੀਆ ਥੈਂਕ ਯੂ ਸੋ ਮਚ ਵੀਰੇ ਥੈਂਕ ਯੂ ਸੋ ਮਚ ਜੀ ਸ਼ੋ ਦੀਆਂ ਰੌਣਕਾਂ ਵਧਾਉਣ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਸਰ ਮੇਰਾ ਨਾਂ ਡੱਬੂ ਹੈ ਜੀ ਸਾਰੇ ਜਾਣਦੇ ਡੱਬੂ ਸਾਰੇ ਜਾਣਦੇ ਡੱਬੂ ਹਾਂਜੀ ਪੂਰਾ ਨਾਂ ਕੀ ਹੈ ਮੇਰਾ ਨਾਂ ਮਨੀਤ ਹੈ ਸਰ ਹਾਂਜੀ ਮਨੀਤ ਕਿੱਥੇ ਰਹਿੰਦੇ ਹੋ ਸਰ ਆਪਾਂ ਪਠਾਨਕੋਟ ਹੀ ਰਹੀਦਾ ਲਾਗੇ ਡਮਡਾਲ
ਇੱਥੇ ਕਿਹੜਾ ਕੋਰਸ ਜੁਆਇਨ ਕੀਤਾ ਸਰ? ਇੱਥੇ ਸਿਵਲ ਕਰ ਲਈ ਸਰ। ਹੋ ਗਿਆ ਕੰਮ? ਹਾਂਜੀ ਸਰ, ਰੀਵੈਲਿਊਸ਼ਨ ਭਰਨਾ ਹੈ। ਕਿੰਨੇ ਪਰਸੈਂਟ ਨੰਬਰ ਸਰ? ਨੰਬਰ ਹੋਏ ਨਹੀਂ ਅਜੇ, ਕਲੀਅਰ ਹੀ ਨਹੀਂ ਹੋਈ ਤਾਂ ਨੰਬਰ ਕਿੱਥੋਂ ਆਉਣਾ? ਨਹੀਂ ਕੋਈ ਕਲੀਅਰ ਹੋਇਆ? ਕੋਈ ਨਹੀਂ ਸਰ, ਕਲੀਅਰ ਹੋਇਆ। ਅਜੇ ਕਲੀਅਰ ਹੀ ਕੁਛ ਨਹੀਂ ਹੋਇਆ? ਕੁਛ ਨਹੀਂ ਹੋਇਆ ਸਰ, ਆਲ ਕਲੀਅਰ ਹੈ। ਕਿੰਨੀ ਯੋਜਨਾ, ਕਿੰਨੇ ਦੇਰ 'ਚ ਹੋਜੂ ਕਲੀਅਰ? ਸਰ ਇਹ ਤਾਂ ਰੱਬ ਦੀਆਂ ਖੇਡਾਂ, ਜਦੋਂ ਕਰੇਗਾ ਉਦੋਂ ਹੀ ਹੋਣੀ ਆ। ਕਿੰਨੇ ਸਬਜੈਕਟ, ਕਿੰਨੇ ਸਬਜੈਕਟ ਅੜੇ ਆ ਸਰ? 5 ਸਬਜੈਕਟ ਅੜੇ ਆ। ਟੋਟਲ ਕਿੰਨੇ ਆ? 5 5 ਸੈਮ ਤੇ 5 ਹੀ ਸਬਜੈਕਟ। ਅੱਛਾ, ਹੁਣ ਕਿੰਨੇ ਪੇਪਰ ਰਹਿ ਗਏ ਆਪਣੇ? ਸਰ 5 ਹੀ ਰਹਿ ਗਏ। 5 ਰਹਿ ਗਏ ਤੇ ਤਿਆਰੀ ਤਿਊਰੀ ਕਿੱਦਾਂ? ਸਰ ਤਿਆਰੀ ਬਸ ਇੱਦਾਂ ਹੀ ਆ, ਜਿੱਥੇ ਮੂਡ ਬਣੇ ਉੱਥੇ ਬਹਿ ਜਾਈਦਾ। ਘਰਦੇ ਕੁਛ ਨਹੀਂ ਕਹਿੰਦੇ? ਸਰ ਘਰਦੇ ਨੇ ਕੀ ਕਹਿਣਾ, ਉਹ ਕਹਿੰਦੇ ਜੇ ਕੁਛ ਕਰਨਾ ਕਰ, ਨਹੀਂ ਤੇ ਘਰ ਟਿਕ। ਸਰ ਆਪਾਂ ਘਰ ਵੀ ਨਹੀਂ ਟਿਕਦੇ। ਡਾਂਟਦਾ ਕੌਣ ਹੈ ਬਾਅਦ? ਸਰ ਪਾਪਾ। ਕਿਵੇਂ, ਕੀ ਕਰਦੇ ਕੀ ਨਹੀਂ ਡੈਡ? ਸਰ ਮਿਲਟਰੀ 'ਚ। ਮਿਲਟਰੀ 'ਚ? ਫਿਰ ਗੁੱਸੇ ਨਹੀਂ ਹੁੰਦੇ? ਮਿਲਟਰੀ ਨਾਲ ਸਖਤ ਹੁੰਦਾ ਯਾਰ ਸੁਭਾਅ। ਸਰ ਗੁੱਸੇ ਹੁੰਦੇ ਆ, ਬਟ ਕੀ ਕਰਨਾ ਫਿਰ ਸਰ, ਘਰ ਇਕੱਲਾ ਹੀ ਆ ਕੰਮ ਕਰਨੇ ਨੂੰ। ਬਈਆ ਵੱਡੇ ਉਹ ਵੀ ਜੋਬ 'ਤੇ ਜਾਂਦੇ ਆ। ਅੱਛਾ, ਅਤੇ ਮੰਮਾ ਵੀ ਬਿਮਾਰ ਹੀ ਰਹਿੰਦੇ, ਉਹ ਕਹਿੰਦੇ ਤੂੰ ਕਰਨਾ ਹੁਣ ਸਭ ਕੁਛ, ਤੂੰ ਹੀ ਕਰਨਾ ਘਰ ਦਾ ਕੰਮ। ਅਤੇ ਕੋਈ ਕਰ ਯਾਰ ਫਿਰ ਕਲੀਅਰ ਕਰ ਹੁਣ, ਪੜ੍ਹ ਪੁੜ ਕੋਈ। ਸਰ ਪੜ੍ਹ ਕੇ ਕੀ ਕਰਨਾ ਸਰ, ਸਾਰੇ ਖੱਜਲ ਹੀ ਹੁੰਦੇ ਆ ਸਰ ਪੜ੍ਹਦੇ। ਸਰ ਪੜ੍ਹਦਾ ਉਹ ਬੰਦਾ ਜਿਹਨੂੰ ਜ਼ਰੂਰਤ ਆ। ਸਰ ਘਰ ਦੇ ਦੇਣ ਦੇ ਡੇਲੀ ਦਾ 100-200 ਰੁਪਇਆ ਖਰਚ ਲੈਣ ਕਰੇ ਜਾ। ਮੌਜ ਮਾਰਾਂ ਸਰ, ਮਸਤੀ ਲਈ ਦੀ ਪੂਰੀ ਜ਼ਿੰਦਗੀ। ਟੈਨਸ਼ਨ ਨਹੀਂ ਲੈਣੀ ਲਈ ਕਦੇ? ਸਰ ਜੇ ਟੈਨਸ਼ਨ ਲਈ ਹੁੰਦੀ ਨਾ, ਡਿਗਰੀ ਕਲੀਅਰ ਹੁੰਦੀ ਸਰ। ਅੱਛਾ, ਕਲਾਸ 'ਚ ਤੈਨੂੰ ਐਂ ਲੱਗਦਾ ਤੈਨੂੰ ਕਹਿੰਦਾ ਹੋਵੇ ਯਾਰ ਕੋਈ ਪੜ੍ਹਿਆ ਕਰ, ਕੋਈ ਤੇਰੇ ਨਾਲ ਦਾ ਕੋਈ ਮਿੱਤਰ ਜਿਹੜਾ ਬਹੁਤ ਟੈਨਸ਼ਨ ਲੈਂਦਾ ਹੋਵੇ ਤੇ ਉਹ ਮਾਹੌਲ? ਸਰ ਇਹ ਗੱਲ ਅੱਜ ਤੱਕ ਨਹੀਂ ਕਿਸੇ ਨੇ ਕਹੀ। ਤੈਨੂੰ ਕਿਸੇ ਨੇ ਨਹੀਂ ਕਹੀ? ਸਰ ਕਿਸੇ ਨੇ ਨਹੀਂ ਕਹੀ ਸਰ, ਇੰਨੀ ਗੱਲ। ਕਦੇ ਤੈਨੂੰ ਐਂ ਲੱਗਿਆ ਹੋਵੇ ਤੂੰ ਕਲਾਸ 'ਚ ਬੈਠਾ ਹੋਵੇ, ਕੋਈ ਇੰਟੈਲੀਜੈਂਟ ਮੁੰਡਾ ਤੇਰੇ ਨਾਲ ਪੜ੍ਹਦਾ ਹੋਵੇ ਤੇ ਉਹਦੇ ਵੱਲ ਦੇਖ ਕੇ ਪੜ੍ਹਨ ਨੂੰ ਜੀ ਕਰੇ? ਸਰ ਮੈਂ ਉਹਨੂੰ ਕਹਿੰਦਾ ਛੱਡ ਪਰੇ, ਕਿਉਂ ਸਾਡਾ ਵੀ ਸਿਰ ਪਹਿਲਾਂ। ਬਹੁਤ ਵਧੀਆ, ਨਾ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਰ, ਉਹਨਾਂ ਨੂੰ ਫਿਰ ਤੂੰ ਐਂਟਰਟੇਨ ਕਰਦਾ ਕਰ ਵੀ ਜੇ ਉਹਨਾਂ ਨੂੰ ਜਿਵੇਂ ਸਿਰ ਪੀੜਾਉਣਾ। ਸਰ 3 ਸਾਲ ਇੱਥੇ ਡਿਗਰੀ ਕੀਤੀ ਸਰ। ਕਲਾਸ 'ਚ ਕਿੱਦਾਂ ਦੇ ਬੱਚੇ, ਟੋਪਰ ਦੀ ਹਾਲਤ ਕਿੱਦਾਂ ਦੀ ਹੁੰਦੀ ਤੂੰ ਐਕਸਪਲੇਨ ਕਰ। ਸਰ ਟੋਪਰ ਦੀ ਹਾਲਤ ਵੀ ਸਾਡੇ ਵੱਲ ਦੇ ਕੇ ਵਿਗੜ ਗਈ ਸੀ। ਸਰ ਪੂਰੀ ਕਲਾਸ ਬੰਕ ਦੇ ਅੰਦਰ ਹੀ ਟੋਪਰ ਵਿਚਾਰਾ ਇਕੱਲਾ ਬੈਠਾ ਹੁੰਦਾ ਕਲਾਸ 'ਚ। ਅੱਛਾ, ਕੀ ਕਰਾਂ ਹੁਣ ਮੈਂ, ਕੀ ਕਰਾਂ? ਮੈਂ ਕਿਹਾ ਤੂੰ ਵੀ ਬਾਹਰ ਨੂੰ ਚੱਲ, ਤੂੰ ਕੀ ਕਰਦਾ? ਸਰ ਅੱਧਾ ਹੀ ਯੋਜਨਾ ਹੁੰਦੀ ਸੀ ਸਾਡੀ। ਓਕੇ, ਪਰ ਹੁਣ ਆਪਾਂ ਕਲੀਅਰ ਕਰਨਾ ਯਾਰ, ਤਾਂ ਹੀ ਮਾਂ ਪਿਓ ਦਾ ਸਿਰ ਉੱਚਾ ਹੋਊਗਾ। ਸਰ ਸਿਰ ਤੇ ਵੈਸੇ ਹੀ ਉੱਚਾ। ਕਿਵੇਂ? ਸਰ ਇਵੇਂ ਕਿ ਸਾਰੇ ਸਲੂਟ ਮਾਰਦੇ ਆ। ਮੈਂ ਪਠਾਨਕੋਟ ਸਰ ਓਕੇ 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 ਕੀ ਸ਼ੌਂਕ ਨੇ ਤੁਹਾਡੇ? ਸਾਡੇ ਸਿੰਗਿੰਗ, ਡਾਂਸਿੰਗ, ਸਭ ਕੁਝ ਹੈ ਨੀ ਮਨ। ਡਾਂਸਿੰਗ, ਡਾਂਸ ਡਾਂਸ ਕਰੋ। ਬਹੁਤ ਵਧੀਆ ਮੈਸੇਜ ਬਈ, ਜਿਹੜਾ ਹੱਸ ਕੇ ਬੁਲਾਉਂਦਾ ਉਹਨੂੰ ਵੀ ਵੀਰਾ ਹੱਸ ਕੇ ਬੁਲਾਉਂਦਾ, ਜੇ ਤੁਹਾਡੇ ਨਾਲ ਕੋਈ ਗੁੱਸੇ ਵੀ ਹੈ ਤਾਂ ਵੀ ਤੁਸੀਂ ਸਮਾਈਲ ਕਰ ਦਿਓ। ਹਾਂਜੀ ਬਾਈ, ਇੱਦਾਂ ਹੀ ਹੈ। ਹਨਾ ਜੀ? ਹਾਂਜੀ ਓਕੇ। ਖਾਸ ਕਿਸੇ ਲਈ ਇੱਦਾਂ ਕਿ ਸਾਰਿਆਂ ਲਈ? ਸਾਰਿਆਂ ਲਈ ਆ। ਉੱਧਰ ਵੀ ਕਰੋ ਹੱਥ। ਉਹ ਤਾਂ ਆਪਣੇ ਵੀਰੇ ਆ ਸਾਰੇ। ਸਹੀ ਆ। ਕੀ ਸ਼ੌਂਕ ਹੈ ਜੀ? ਬਾਈ ਮੈਂ ਗਾਣੇ ਵੀ ਲਿਖਦਾ ਅਤੇ ਬੋਲੀਆਂ ਵੀ ਕਰਨਾ। ਪਹਿਲਾਂ ਮੈਂ ਬੋਲੀ ਸੁਣਾਉਣਾ ਚਾਹੂੰਗਾ ਤੁਹਾਨੂੰ। ਉਹ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦੀ ਲੋਈ, ਉਹ ਪੁੱਠੇ ਸਿੱਧੇ ਬਾਲਾਂ ਵਾਲੀ ਏ ਤੇ ਤੂੰ ਸਪਲੀ ਕਲੇਅਰ ਨਾ ਹੋ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦੇ ਮੇਵੇ, ਉਹ ਕੁੜੀਆਂ ਤਰਸਦੀਆਂ ਮੁੰਡਾ ਕਦੋਂ ਗਿਫਟ ਕੋਈ ਦੇਵੇ। ਉਹ ਇੱਕ ਕੁੜੀ ਤੋਂ ਤੰਗ ਬੜੇ ਸੀ, ਦੱਸਾਂ ਮੈਂ ਸੌਂ ਖਾ ਕੇ ਬਈ ਫੇਸਬੁੱਕ 'ਤੇ ਚੈਟਿੰਗ ਕਰਦੀ,
ਫੇਸਬੁੱਕ ਤੇ ਚੈਟਿੰਗ ਕਰਦੀ ਆਈਡੀ ਫੇਕ ਬਣਾ ਕੇ ਕਈ ਮੁੰਡਿਆਂ ਨੂੰ ਉੱਲੂ ਬਣਾਇਆ, ਸਾਡੇ ਕਰਨ ਬਾਈ ਨੂੰ ਉੱਲੂ ਬਣਾਇਆ। ਬੜੀ ਸਕੀਮ ਨੇ ਡਾਡੀ, ਇੱਕ ਦਿਨ ਫੜੀ ਗਈ, ਨਿਕਲੀ ਕਲਾਸਮੇਟ ਸਾਡੀ ਉਹ ਇੱਕ ਦਿਨ ਫੜੀ ਗਈ। ਬਹੁਤ ਵਧੀਆ, ਬਹੁਤ ਵਧੀਆ। ਅੱਖਾਂ ਉੱਤੇ ਕਾਲੀ ਰੇਬਣ, ਨਾਲੇ ਰੱਖੀ ਸਕੂਟੀ ਕਾਲੀ, ਬਈ ਕੋਲੋਂ ਲੰਘੀ ਨੱਕ ਚੜਾ ਕੇ, ਕੋਲੋਂ ਲੰਘੀ ਨੱਕ ਚੜਾ ਕੇ ਡਸ਼ਾ ਮਾਰਦੀ ਬਾੜੀ। ਸੁਣਦਾ ਸੀ ਰੱਬ ਦਿਲ ਮੇਰੇ ਦੀ, ਉਹ ਸੁਣਦਾ ਸੀ ਰੱਬ ਦਿਲ ਮੇਰੇ ਦੀ, ਦੂਰ ਕਿਤੇ ਕੰਨ ਲਾ ਕੇ ਅਗਲੇ ਮੋੜ ਉੱਤੇ ਕੁੜੀ ਡਿੱਗੀ ਪਲਟੀਆਂ ਖਾ ਕੇ ਅਗਲੇ ਮੋੜ ਉੱਤੇ। ਟੀਨਾ ਠਾਕੁਰ ਜੀ, ਟੀਨਾ, ਅੱਛਾ ਟੀ, ਸੋਰੀ ਸੋਰੀ ਟੀਨਾ, ਜੇ ਨੌ ਕੀ ਗਲਤ ਲੈ ਗਿਆ, ਟੁੱਟ ਕੇ ਬਹਿ ਗਈ ਟੀਨਾ ਜੀ। ਟੀਨਾ ਜੀ, ਹਾਂਜੀ, ਕਿੱਥੇ ਰਹਿੰਦੇ ਹੋ ਟੀਨਾ ਜੀ? ਮਾਧੂਪੁਰ। ਮਾਧੂਪੁਰ, ਹਾਂਜੀ। ਇੱਥੇ ਕਿਹੜਾ ਕੋਰਸ ਜੁਆਇਨ ਕੀਤਾ ਤੁਸੀਂ? BBA ਫਸਟ। BBA ਫਸਟ ਈਅਰ? ਯੈਸ। ਓਕੇ, ਤੇ ਸਕੂਲਿੰਗ ਕਿੱਥੋਂ ਹੋਈ? ਆਰਮੀ ਪਬਲਿਕ ਸਕੂਲ ਪਠਾਨਕੋਟ। ਆਰਮੀ ਪਬਲਿਕ ਸਕੂਲ, ਬੈਕਗ੍ਰਾਉਂਡ ਤੁਹਾਡਾ ਆਰਮੀ ਦਾ ਜੀ? ਹਾਂਜੀ। ਕੌਣ ਹੈ ਜੀ ਆਰਮੀ ਦੇ ਵਿੱਚ? ਮੇਰੇ ਪਾਪਾ। ਤੇ ਡੈਡ ਕਿੱਥੇ ਜੀ ਪੋਸਟਿੰਗ ਉਹਨਾਂ ਦੀ? ਨੇਫਾ। ਨੇਫਾ, ਇਹ ਕਿੱਥੇ ਜੀ? ਇਹ ਚਾਈਨਾ ਬਾਰਡਰ। ਕਿਆ ਬਾਤ ਹੈ, ਦੇਖੋ ਜਿਹਨਾਂ ਕਰਕੇ ਅਸੀਂ ਸਾਰੇ ਸਾਹ ਲੈ ਰਹੇ ਹਾਂ ਇੱਕ ਤਰ੍ਹਾਂ, ਉਹ ਹੈਗੇ ਜੀ ਸਾਡੀ ਆਰਮੀ, ਕਿਉਂਕਿ ਆਰਮੀ ਦਾ ਏਰੀਆ ਜੀ ਪਠਾਨਕੋਟ। ਸੋ ਤੁਹਾਡੇ ਫਾਦਰ ਸਾਹਿਬ ਨੂੰ ਸਲਿਊਟ ਹੈ ਜੀ, ਜਿਹੜੇ ਬਾਰਡਰ ਦੇ ਉੱਤੇ ਖੜੇ ਸਾਡੇ ਸਾਰਿਆਂ ਲਈ ਰੱਖਿਆ ਕਰੀ ਜਾਂਦੇ ਨੇ ਜੀ ਸਾਡੇ, ਹੈ ਨਾ। ਸੋ ਤੁਸੀਂ ਬਹੁਤ ਭਾਗਾਂ ਵਾਲੇ ਹੋ। ਥੈਂਕ ਯੂ। ਅਤੇ ਉਹਨਾਂ 'ਤੇ ਸਾਨੂੰ ਮਾਣ ਹੈ, ਤੁਹਾਡੇ ਫਾਦਰ ਸਾਹਿਬ 'ਤੇ ਤੁਹਾਨੂੰ ਤਾਂ ਮਾਣ ਹੈਗਾ ਹੀ ਹੈ, ਸਾਨੂੰ ਸਾਰਿਆਂ ਨੂੰ ਮਾਣ ਹੈ ਜੀ। ਕਦੋਂ ਆਉਂਦੇ ਹੁੰਦੇ ਨੇ ਪਾਪਾ? ਵੈਸੇ ਤੋਂ 6-7 ਮੰਥਸ ਕੇ ਬਾਅਦ ਹੀ ਉਹਨੇ ਛੁੱਟੀ ਮਿਲਤੀ ਹੈ ਵਹਾਂ ਸੇ। ਹਾਂਜੀ। ਬਟ ਆ ਜਾਤੇ ਹੈ ਕਭੀ ਕਭੀ, ਜਲਦੀ ਵੀ ਆ ਜਾਤੇ ਹੈ ਅਗਰ ਆਸ ਪਾਸ ਪੋਸਟਿੰਗ ਹੋ ਲਾਈਕ ਸ਼੍ਰੀਨਗਰ, ਜੰਮੂ ਵਗੈਰਾ ਮੈਂ, ਤਾਂ ਫਿਰ ਜਲਦੀ ਆ ਜਾਤੇ ਹੈ। ਐਸੇ ਜੈਸੇ ਅਬ ਨੇਫਾ ਮੇ ਹੈ ਤੋ 6 ਡੇਜ਼ ਆਨੇ ਜਾਨੇ ਮੇ ਲੱਗ ਜਾਤੇ ਹੈ, ਤੋ ਫਿਰ ਇਸ ਲਈ ਲੇਟ ਆਤੇ ਹੈ ਲਾਈਕ 7 ਮੰਥਸ ਕੇ ਬਾਅਦ। ਜਿਹੜਾ ਤੁਸੀਂ ਨੇਫਾ ਕਹਿੰਦੇ ਹੋ ਚਾਈਨਾ ਬਾਰਡਰ ਦੇ ਉੱਤੇ, ਮੈਨੂੰ ਨਹੀਂ ਪਤਾ ਉੱਥੇ ਠੰਡ ਪੂਰੀ ਠੰਡ ਹੁੰਦੀ ਹੈ ਜੀ? ਹਾਂਜੀ, ਉੱਧਰ ਮੰਥ ਮੇ 12 ਮੰਥ ਉੱਧਰ ਬਰਫ ਗਿਰੀ ਰਹਿੰਦੀ ਹੈ, ਮਤਲਬ ਇਤਨੀ ਜ਼ਿਆਦਾ ਠੰਡ ਹੁੰਦੀ ਹੈ। 12 ਮਹੀਨੇ ਬਰਫ ਗਿਰੀ ਡਿੱਗੀ ਰਹਿੰਦੀ ਜੀ? ਹਾਂਜੀ। ਜਦੋਂ ਸਾਡੇ ਇੱਥੇ ਜਿਵੇਂ ਦਸੰਬਰ 'ਚ ਠੰਡ ਪੈਂਦੀ ਹੈ ਜੀ, ਉੱਥੇ ਉੱਧਰ ਕਿੰਨਾ ਟੈਂਪਰੇਚਰ ਹੁੰਦਾ ਹੈ? ਉੱਧਰ ਨੀਅਰ ਅਬਾਊਟ ਮਾਈਨਸ ਮੇ ਹੋਤਾ ਹੈ, ਇਤਨਾ ਪਤਾ ਹੈ, ਅਭੀ ਇਹ ਨਹੀਂ ਪਤਾ, ਮੈਂ ਗਈ ਨਹੀਂ ਹੂੰ ਨਾ ਕਭੀ। ਓਕੇ ਓਕੇ, ਮਤਲਬ ਕਿ ਬਹੁਤ ਔਖਾ ਕੰਮ ਹੈ ਜੀ। ਹਾਂਜੀ। ਫੋਨ ਦਾ ਨੈਟਵਰਕ ਹੈਗਾ ਉੱਥੇ? ਕਭੀ ਕਭੀ ਤੋਂ 3-3-4-4 ਦਿਨ ਬਾਅਦ ਵੀ ਬਾਤ ਹੋ ਜਾਂਦੀ ਹੈ, ਔਰ ਕਈ ਵਾਰ ਨੈਟਵਰਕ ਲੱਗ ਜਾਏ ਤਾਂ ਜਲਦੀ ਵੀ ਬਾਤ ਹੋ ਜਾਂਦੀ ਹੈ। ਕਈ ਵਾਰ 3-3-4-4 ਦਿਨ ਗੱਲ ਨਹੀਂ ਹੁੰਦੀ। ਹਾਂਜੀ। ਸੋ ਸਾਨੂੰ ਘਰ ਦੇ ਦੇਖ ਲਓ ਜੀ, 2 ਵਜੇ ਫੋਨ ਤੋਂ ਬਾਅਦ 4 ਵਜੇ ਫੇਰ ਫੋਨ ਕਰਦੇ ਨੇ, ਵੀ ਕਿੱਥੇ ਹੋ? ਹੱਸਣ ਹੱਸਣ ਵਾਲੀ ਗੱਲ ਨਹੀਂ ਹੈਗੀ, ਸੀਰੀਅਸ ਗੱਲ ਹੈ ਇਹ। ਸਾਨੂੰ 2 ਘੰਟੇ ਬਾਅਦ ਫੋਨ ਕਰਕੇ ਪੁੱਛਦੇ ਨੇ ਜਾਂ ਅਸੀਂ ਪੁੱਛਦੇ ਹਾਂ ਵੀ ਡੈਡ ਅਸੀਂ ਇੱਥੇ ਹਾਂ? ਸੋ ਉਹ ਵੀ ਪੁੱਤ ਨੇ ਜਿਹੜੇ ਬਾਰਡਰ 'ਤੇ ਖੜੇ ਨੇ, ਜਿਹਨਾਂ ਨੂੰ 4-4-5-5 ਦਿਨ ਬਾਅਦ ਫੋਨ ਆਉਂਦਾ। ਸੋ ਬਾਕੀ ਸਲਿਊਟ ਹੈ ਜੀ, ਜ਼ਰੂਰ ਆਰਮੀ ਜਿੰਨੇ ਵੀ ਪਰਿਵਾਰ ਸ਼ੋਅ ਦੇਖਦੇ ਹੋਣਗੇ, ਤੁਹਾਡੇ ਕਰਕੇ ਹੈ ਜੀ, ਅਸੀਂ ਸਾਰੇ ਸਾਹ ਲੈਂਦੇ ਹਾਂ ਜੀ। ਅਤੇ ਮੈਨੇ ਵੀ ਆਰਮੀ ਜੁਆਇਨ ਕਰਨੀ ਹੈ। ਜ਼ਰੂਰ ਜ਼ਰੂਰ, ਤੁਸੀਂ ਆਪਣੇ ਪਾਪਾ ਵਾਂਗੂ ਦੇਸ਼ ਦਾ ਨਾਂ ਰੋਸ਼ਨ ਕਰਨਾ, ਅਤੇ ਮਾਣ ਮਹਿਸੂਸ ਹੁੰਦਾ ਜੀ ਤੁਹਾਡੇ ਸਾਰੀ ਫੈਮਿਲੀ ਦੇ ਉੱਤੇ। ਅਤੇ ਕਦੇ ਐਂ ਹੋਇਆ ਵੀ ਤੁਸੀਂ ਤੁਹਾਨੂੰ ਦੱਸਿਆ ਨਾ ਹੋਵੇ ਪਾਪਾ ਇੱਕਦਮ ਆ ਜਾਣ? ਹਾਂ, ਜਬ ਪਾਪਾ ਕੀ ਜਬ ਡੈਡ ਜੀ ਕੀ ਪੋਸਟਿੰਗ ਵਹਾਂ ਪੇ ਥੀ ਨਾ ਸ਼੍ਰੀਨਗਰ, ਤੋ ਇੱਕ ਬਾਰ ਵੋ ਬਿਨੋ ਬਤਾਏ ਸਰਪ੍ਰਾਈਜ਼ਲੀ ਘਰ ਮੇ ਆ ਗਏ ਨਾ, ਪਾਪਾ ਆ ਗਏ। ਹਾਂ, ਤੋ ਉਹਨੇ ਦੇਖ ਕੇ ਨਾ ਮਤਲਬ ਰੋਣਾ ਹੀ ਆ ਗਿਆ, ਕਿਉਂਕਿ ਵਹਾਂ ਪੇ ਉਸ ਟਾਈਮ ਬਹੁਤ ਜ਼ਿਆਦਾ ਬਰਫ ਗਿਰੀ ਹੋਈ ਥੀ ਨਾ, 2-3 ਦਿਨ ਸੇ ਨੈਟਵਰਕ ਵੀ ਨਹੀਂ ਆ ਰਹੇ, ਉਹ ਸਾਥ ਮੇ ਆਨੇ ਜਾਨੇ ਕਾ ਵੋ, ਤੋ ਫਿਰ ਦੇਖ ਕੇ ਰੋਣਾ ਹੀ ਆ ਗਿਆ ਕਿ ਹਾਂ ਮਤਲਬ ਇਤਨੇ ਟਾਈਮ ਬਾਅਦ ਪਾਪਾ ਸੇ ਡਾਇਰੈਕਟ ਹੀ ਆ ਗਏ ਹੈ ਘਰ ਮੇ ਤੋ। ਓਕੇ, ਕਿੰਨੇ ਦਿਨ ਲਾ ਕੇ ਗਏ ਸੀ ਫਿਰ? ਵੋ ਤੋ ਪੋਸਟਿੰਗ ਆਏ ਥੇ ਤੋ 15 ਡੇਜ਼ ਕੀ ਛੁੱਟੀ ਹੋਤੀ ਹੈ ਤਬ ਤੋ। ਅੱਛਾ ਜੀ, ਤੋ 15 ਡੇਜ਼ ਕੇ ਲਈ ਆਏ ਥੇ। ਪਾਪਾ ਨੂੰ ਮਿਸ ਕਰਦੇ ਹੋਨੇ ਹੋ? ਹਾਂਜੀ, ਅਭੀ ਤੋ ਘਰ ਮੇ ਹੈ। ਜੇ ਪਾਪਾ ਨੂੰ, ਅੱਛਾ ਹੁਣ ਘਰੇ ਨੇ? ਹਾਂਜੀ। ਓਕੇ ਓਕੇ, ਜੇ ਪਾਪਾ ਨੂੰ ਮੈਸੇਜ ਦੇਣਾ ਹੋਵੇ ਕੀ ਦਊਂਗੇ ਜੀ? ਆਈ ਲਵ ਯੂ ਡੈਡੀ, ਆਈ ਲਵ ਯੂ ਸੋ ਮਚ। ਕਿਆ ਬਾਤ ਹੈ, ਥੈਂਕ ਯੂ ਸੋ ਮਚ। ਤੇ ਤੁਸੀਂ ਵੀ ਜਲਦੀ ਜਲਦੀ ਆਰਮੀ ਜੁਆਇਨ ਕਰੋ। ਥੈਂਕ ਯੂ ਸੋ ਮਚ। ਚਲੋ ਜੀ, ਹੁਣ ਤੁਹਾਨੂੰ ਜਾਣਾ ਪੈਣਾ, ਵੈਸੇ ਦਿਲ ਨਹੀਂ ਕਰਦਾ, ਸਮਾਂ ਜਲਦ ਨਹੀਂ ਦਿੰਦਾ, ਪਰ ਜਾਣ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਗੱਭਰੂਆਂ ਦਾ ਭੰਗੜਾ। ਸੋ ਭੰਗੜੇ ਵਾਲੇ ਮੁੰਡੇ ਦੀ ਜ਼ੋਰਦਾਰ ਤਾੜੀ, ਆ ਜਾਓ ਵੀਰੇ। ਪਠਾਨਕੋਟ ਦੇ ਵਿੱਚ ਅਗਲੇ ਹਫ਼ਤੇ ਖੋਰ ਕਾਲਜ ਵਿੱਚ ਮਿਲਾਂਗੇ। ਸ਼ੋਅ ਨੂੰ ਪਿਆਰ ਕਰਦੇ ਰਹੋ, ਇਹ ਤੁਹਾਡਾ ਸ਼ੋਅ ਜੀ, ਤੁਹਾਡੇ ਕਰਕੇ ਹੈਗਾ। ਬਹੁਤ ਸਾਰਾ ਟੈਲੈਂਟ ਅਸੀਂ ਦੇਖਣ ਨੂੰ ਮਿਲਿਆ, ਬਿਨਾਂ ਢੋਲ ਤੋਂ ਨੱਚੀ ਜਾਂਦੇ ਨੇ, ਇਹ ਤਾਂ ਕੰਟੀਨੀ ਮੰਡੀ ਦੀ ਟੌਰ ਹੈ ਜੀ। ਸੋ ਮਿਲਦੇ ਜੀ ਅਗਲੇ ਹਫ਼ਤੇ, ਰਵਨੀਤ ਨੂੰ ਪਿਆਰ ਕਰਦੇ ਰਹੋ, ਸ਼ੋਅ ਨੂੰ ਪਿਆਰ ਕਰਦੇ ਰਹੋ, ਰੱਬ ਰਾਖਾ ਜੀ, ਚੱਕ ਦੋ।
ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ। ਥੈਂਕ ਯੂ ਸੋ ਮੱਚ, ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ। ਨਾਲ ਦੇ ਨਾਲ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਨਾਲੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ। ਸਤਿ ਸ਼੍ਰੀ ਅਕਾਲ ਜੀ।